ਸ੍ਰੀ ਵਾਹਿਗੁਰੂ ਸਾਹਿਬ ਜੀਓ, ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ, ਗਰੀਬਨ ਵਾਜ ਨਾ ਦੂਸਰ ਤੋ ਸੋ, ਭੂਲ ਸ਼ਿਮੋ ਹਮਰੀ ਪ੍ਰਭ ਆਪ, ਨਾ ਭੂਲਨ ਹਾਰ ਕਹੂੰ ਕੋ ਬੋਸੋ। ਸੇਵ ਕਰੀ ਤੁਮਰੀ ਤਿਨਕੇ ਸਭ ਗ੍ਰਹਿ ਤੇ ਕੀਰਤ ਕਰਮ ਭਰੋਸੋ। ਯਾ ਕਲ ਮੈਂ ਸਭ ਕਾਲ ਕਿਰਪਾਨ ਕੇ, ਭਾਰੀ ਪੁਜਾਨ ਕੋ ਭਾਰੀ ਭਰੋਸੋ। ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਆਪ ਗੁਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸਵਾਮੀ। ਮਾਨਸ ਕੀ ਗਤ ਇਹੀ, ਬਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ, ਨਾਨਕ ਚਾਓ ਇਹੋ ਪਦਨ ਪਾਵਨ ਭਗਤ ਵਤਸਲ ਕਿਰਪਾ ਨਿਧਾਨ। ਦਸਾਂ ਪਾਤਸ਼ਾਹੀਆਂ ਦੀ ਜੋਤ, ਤਖਤ ਚਵਰ ਛਤਰ ਦੇ ਮਾਲਕ ਗੁਰਤਾ ਗੱਦੀ ਤੇ ਬਿਰਾਜਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਆਪ ਸਰਬੱਤ ਸੰਗਤ ਸ੍ਰੀ ਰਹਿਰਾਜ ਸਾਹਿਬ ਜੀ ਦੇ ਨਿਤਨੇਮ ਤੋਂ ਉਪਰੰਤ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀ, ਜਿੱਥੇ ਇਹ ਸਾਲ ਸਮਾਪਤ ਹੋਣ ਦੇ ਕਿਨਾਰੇ ਤੇ ਪਹੁੰਚ ਚੁੱਕਾ ਹੈ। ਈਸਵੀ ਕੈਲੰਡਰ ਦੇ ਮੁਤਾਬਕ ਨਵਾਂ ਸਾਲ ਆਰੰਭ ਹੋਣ ਜਾ ਰਿਹਾ ਹੈ ਬੜੀ ਛੇਤੀ। ਉੱਥੇ ਨਾਲ ਨਾਲ ਸਰਬੱਤ ਸੰਗਤਾਂ ਬੜੇ ਪ੍ਰੇਮ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਜੀਵਨ ਨੂੰ ਇਤਿਹਾਸ ਰੂਪ ਦੇ ਵਿੱਚ ਬੜੀ ਸ਼ਰਧਾ ਭਾਵਨਾ ਤੇ ਵਿਰਾਗ ਦੇ ਨਾਲ ਇਹਨਾਂ ਦਿਨਾਂ ਵਿੱਚ ਸ਼ਰਵਣ ਕਰਦੀਆਂ ਨੇ।
ਕੱਲ ਆਪ ਸੰਗਤਾਂ ਨੇ ਵਿਚਾਰ ਸ਼੍ਰਵਣ ਕੀਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚ ਚੁੱਕੇ ਨੇ ਚਮਕੌਰ ਸਾਹਿਬ ਦੀ ਕਿੱਡੀ ਵੱਡੀ ਮਹਾਨਤਾ ਹੈ, ਕੁਝ ਉਸਤਤ ਕਰਨ ਦਾ ਯਤਨ ਕੀਤਾ ਸੀ। ਆਓ ਅੱਜ ਦੇ ਦੀਵਾਨ ਦੇ ਵਿੱਚ ਉਹਨਾਂ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਯਾਦ ਕਰੀਏ ਔਰ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਬਾਬਾ ਜੁਝਾਰ ਸਿੰਘ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਗੁਣ ਗਾਈਏ। ਸਤਿਗੁਰੂ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਦੀ ਗੜੀ ਵਿੱਚ ਪਹੁੰਚੇ ਨੇ, ਆਪਣੀ ਪਵਿੱਤਰ ਬਾਣੀ ਜ਼ਫਰਨਾਮੇ ਵਿੱਚ ਲਿਖਦੇ ਨੇ, ਗੁਰ ਸੁਨਾਹ ਚੇਕਾਰੇ ਕੁਨਦ ਚਿਹਲ ਨਰ ਕੇ ਦਹਿਲਕ ਬਰਾਇਦ ਬਰੋ ਬੇਖਬਰ। ਛੀਆਂ ਮਹੀਨਿਆਂ ਦੇ ਕਈ ਦਿਨਾਂ ਦੇ ਸੱਤਾਂ ਮਹੀਨਿਆਂ ਤੋਂ ਲੜਨ ਵਾਲੇ ਥੱਕੇ ਹੋਏ ਭੁੱਖੇ ਗੁਰੂ ਕੇ ਸਿੱਖ ਜਿਨ੍ਹਾਂ ਦੀ ਗਿਣਤੀ ਹੈ ਸਿਰਫ ਮੇਰੇ ਪਾਸ 40 ਤੇ ਉਹਨਾਂ ਦੇ ਉੱਪਰ ਅਚਾਨਕ ਬੇਖਬਰ ਸ਼ਾਹੀ ਫੌਜ ਜੀ ਦੀ ਗਿਣਤੀ ਹੈ 10 ਲੱਖ ਉਹ ਟੁੱਟ ਪਈ। ਦੁਨੀਆਂ ਦਾ ਸਭ ਤੋਂ ਅਨੋਖਾ ਯੁੱਧ, ਦੁਨੀਆਂ ਦੇ ਸਭ ਤੋਂ ਅਨੋਖੇ ਸੂਰਮੇ, ਇੱਕ ਬੰਨੇ ਕੱਚੀ ਗੜੀ ਹੋਵੇ ਉਹ ਵੀ ਕੱਚੀ, ਮੁੱਠੀ ਭਰ ਸਿੱਖ ਹੋਣ ਤੇ ਦੂਸਰੇ ਬੰਨੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਇੰਨੀ ਫੌਜ ਕਿ ਜੇ ਆਪਣੇ ਬੁੱਕਾਂ ਦੇ ਨਾਲ ਮਿੱਟੀ ਭਰ ਕੇ ਇੱਕ ਇੱਕ ਬੁੱਕ ਵੀ ਪਾ ਦੇਣ ਤੇ ਗੜੀ ਉਹ ਹੀ ਪੂਰੀ ਜਾਵੇ। ਇੱਥੋਂ ਹਿਸਾਬ ਲਾਓ, ਉਹਨਾਂ ਕਈ ਉਦਾਹਰਨਾਂ ਦਿੱਤੀਆਂ ਫੌਜ ਦੀਆਂ, ਜਿਵੇਂ ਕਿਸੇ ਟਾਪੂ ਨੂੰ ਸਮੁੰਦਰ ਨੇ ਘੇਰਿਆ ਹੋਵੇ, ਜਿਵੇਂ ਮੱਖੀਆਂ ਉੱਡ ਕੇ ਡੂਮੜੇ ਦੀਆਂ ਇਕੱਠੀਆਂ ਹੋ ਕੇ ਪੈਂਦੀਆਂ ਇੱਕ ਬੰਦੇ ਉੱਤੇ। ਤੇ ਇੱਕ ਉਦਾਹਰਣ ਇਤਿਹਾਸ 'ਚ ਬੜੀ ਕਮਾਲ ਦੀ ਹੈ, ਜੇ ਆਪਣੇ ਹੱਥਾਂ ਨਾਲ ਮਿੱਟੀ ਪਾਉਣੀ ਸ਼ੁਰੂ ਕਰ ਦੇਣ ਤੇ ਗੜੀ ਉਵੇਂ ਹੀ ਪੂਰੀ ਜਾ। ਦੁਨੀਆਂ ਦਾ ਇੱਕ ਵੱਖਰਾ ਜਰਨੈਲ ਜਿਹੜਾ ਬਾਦਸ਼ਾਹ ਵੀ ਹੈ, ਦਰਵੇਸ਼ ਵੀ ਹੈ, ਗੁਰੂ ਵੀ ਹੈ, ਸੰਤ ਵੀ ਹੈ, ਸਿਪਾਹੀ ਵੀ ਹੈ, ਉਹਨਾਂ ਨੇ ਕਮਾਨ ਸਾਂਭੀ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ। ਹੁਣ ਦੇਖੋ 10 ਲੱਖ ਦੇ ਨਾਲ ਕਿੱਦਾਂ ਸੈਨਾਪਤੀ ਲੜਾਵੇਗਾ, ਜਰਨੈਲ ਲੜਾਵੇ ਇਹ ਜਰਨੈਲ ਦੇ ਉੱਤੇ। ਹਮਲਾ ਕਰਨ ਤੋਂ ਪਹਿਲਾਂ ਘੋਸ਼ਣਾ ਕੀਤੀ ਗਈ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਗੜੀ ਛੱਡ ਕੇ ਚਲੇ ਜਾਓ,
ਰਾਹ ਖਾਲੀ ਕਰ ਦਾਂਗੇ, ਕੋਈ ਤੁਹਾਡੇ ਉੱਤੇ ਵਾਰ ਨਹੀਂ ਕਰੇਗਾ, ਗ੍ਰਿਫਤਾਰ ਨਹੀਂ ਕਰੇਗਾ, ਸਰਕਾਰ ਜਾਇਦਾਦਾਂ ਦੇਵੇਗੀ, ਜਗੀਰਾਂ ਦੇਵੇਗੀ। ਦੂਸਰਾ ਪੱਖ ਨਾਲ ਨਾਲ ਰਾਜਨੀਤੀ ਦਾ, ਨਾਲ ਹੀ ਦੂਜੀ ਆਵਾਜ਼ ਆਈ, ਜੇ ਗੁਰੂ ਗੋਬਿੰਦ ਸਿੰਘ ਨਹੀਂ ਜਾਣਾ ਚਾਹੁੰਦਾ ਤੇ ਜਿਹੜੇ ਤੁਸੀਂ ਸਿੱਖ ਆ ਉਹ ਇਹਨੂੰ ਛੱਡ ਕੇ ਚਲੇ ਜਾਓ, ਅਸੀਂ ਕੋਈ ਮੁਕੱਦਮਾ ਦਾਇਰ ਨਹੀਂ ਕਰਾਂਗੇ। ਕਿੱਡੀ ਵੱਡੀ ਰਾਜਨੀਤੀ ਫੁੱਟ ਪਾਉਣ ਦੀ, ਤੇ ਤੁਹਾਨੂੰ ਸਗੋਂ ਜਗੀਰਾਂ ਦਿੱਤੀਆਂ ਜਾਣਗੀਆਂ, ਇਨਾਮ ਦਿੱਤੇ ਜਾਣਗੇ, ਰਾਜ ਭਾਗ ਤੇ ਪੈਸੇ ਦੀ ਖਾਤਰ, ਸੁੱਖ ਦੀ ਖਾਤਰ ਬੰਦਾ ਕੀ ਨਹੀਂ ਕਰਦਾ ਸੰਸਾਰ 'ਚ। ਉੱਥੋਂ ਕਹਿੰਦੇ ਅੰਦਰੋਂ ਆਵਾਜ਼ ਆਉਂਦੀ ਪਈ ਸੀ, ਉਹ ਸਿੰਘ ਸ਼ਬਦ ਪੜ੍ਹਦੇ ਪਏ ਸੀ, ਰਾਜ ਮਿਲਕ ਸਿਕਦਾਰੀਆਂ ਅਗਨੀ ਮੈਂ ਜਾਲ, ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ, ਸੰਤ ਜਨਾ ਕਾ ਸ਼ੋਹਰਾ ਤਿਸ ਚਰਣੀ ਲਾਗ, ਮਾਇਆ ਧਾਰੀ ਸ਼ਤਰਪਤ ਤਿੰਨ ਛੋਟੂ ਤਿਆਗ, ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ, ਭਗਤ ਜਨਾ ਕਾ ਲੂਕਰਾ ਓਡ ਨਗਨਾ ਹੋਈ, ਸਾਕਤ ਸਿਰ ਪਾਓ ਰੇਸ਼ਮੀ ਪਹਿਰਤ ਪਤ ਖੋਈ। ਖਾਲਸੇ ਨੇ ਇਹਦਾ ਜਵਾਬ ਦਿੱਤਾ ਤੀਰਾਂ ਨਾਲ ਤੇ ਜਕਾਰਿਆਂ ਨਾਲ ਇਸ ਘੋਸ਼ਣਾ ਦਾ, ਵੀ ਆ ਜਾਓ ਅਸੀਂ ਲੈ ਕੇ ਬੈਠੇ ਹਾਂ ਤੀਰ। ਇੱਥੇ ਗੁਰਬਾਣੀ ਦੀ ਇੱਕ ਤੁਕ ਬੜੀ ਢੁਕਦੀ ਹੈ, ਉਹਨਾਂ ਆਖਿਆ ਕਿ ਸੁੱਖ ਮਾਣ ਜਗੀਰਾਂ ਲਓ, ਪੈਸਾ ਪਦਾਰਥ ਲਓ, ਤੇ ਉੱਥੇ ਸਿੱਖ ਪੜ੍ਹਦੇ ਪਏ ਸੀ, ਨਾਨਕ ਮਨ ਤਨ ਚਾਓ ਇਹੋ ਨਿਤ ਪ੍ਰਭ ਕੋ ਲੋੜੇ। ਹੁਣ ਇਹਦੇ ਵਿੱਚ ਸਾਰੇ ਸੁੱਖ ਗਿਣਨਗੇ ਮਹਾਰਾਜ, ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋੜੇ, ਪ੍ਰੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਘੋੜੇ, ਰਾਜ ਮਿਲਕ ਖੁਸ਼ੀਆਂ ਘਣੀ ਧਿਆਏ ਮੁੱਖ ਨਾ ਮੋੜੇ, ਢਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ, ਨਾਨਕ ਮਨ ਤਨ ਚਾਓ ਇਹੋ ਨਿਤ ਪ੍ਰਭ ਕੋਲ। ਖਾਲਸੇ ਨੇ ਇਹਦੀ ਘੋਸ਼ਣਾ ਦਾ ਜਵਾਬ ਜਕਾਰਿਆਂ ਨਾਲ ਦਿੱਤਾ ਹੈ, ਤੀਰ ਚਲਾ ਕੇ ਦਿੱਤਾ ਹੈ। ਇੱਥੋਂ ਇਹ ਹਿਸਾਬ ਲਾ ਗਏ ਕਿ ਇਹ ਝੁਕਣ ਵਾਲੇ ਨਹੀਂ ਤੇ ਗ੍ਰਿਫਤਾਰ ਹੋਣ ਵਾਲੇ ਨਹੀਂ। ਵੈਸੇ ਜ਼ਿਆਦਾਤਰ ਇਤਿਹਾਸਕਾਰ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਉਹਨਾਂ ਨੇ ਸਕੀਮ ਬਣਾਈ ਹੈ ਕਿ ਗੜੀ ਉੱਤੇ ਚੜ੍ਹ ਜਾਓ ਪੌੜੀਆਂ ਲਾ ਕੇ,
ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਹ ਗੜੀ ਤੇ ਪੈਣ ਲੱਗੇ ਨੇ ਹਮਲਾ ਕਰਕੇ, ਸਭ ਤੋਂ ਪਹਿਲਾਂ ਪੰਜ ਸਿੱਖ ਗੜੀ ਚੋਂ ਬਾਹਰ ਆਉਂਦੇ, ਉਹ ਲੜਦੇ ਆ ਤੇ ਸ਼ਹੀਦ ਹੁੰਦੇ। ਪੰਜ ਸਿੱਖ ਹੋਰ ਗੜੀ ਵਿੱਚੋਂ ਬਾਹਰ ਆਣ ਕੇ ਲੜਦੇ ਆ ਤੇ ਸ਼ਹੀਦ ਹੁੰਦੇ। ਹੁਣ ਤੀਸਰਾ ਵਾਰ ਜਰਨੈਲਾਂ ਨੇ ਇਹ ਕੀਤਾ ਕਿ ਕਿੱਡੀ ਕੁ ਗੜੀ ਹੈ, ਕੱਚੀ ਗੜੀ ਹੈ, ਇੰਨੀ ਫੌਜ ਹੈ, ਪੌੜੀਆਂ ਲਾ ਕੇ ਚੜ੍ਹ ਜਾਓ। ਤਾਂ ਮਲੇਰਕੋਟਲੇ ਦੇ ਰਹਿਣ ਵਾਲਾ ਪਠਾਨਾਂ ਦਾ ਮੁੰਡਾ ਬੜਾ ਸੂਰਬੀਰ ਯੋਧਾ, ਜਿਹਦਾ ਨਾਂ ਦਸਵੇਂ ਪਾਤਸ਼ਾਹ ਲਿਖਦੇ ਨੇ ਨਾਹਰ ਖਾਂ, ਉਹ ਬੜੀ ਫੁਰਤੀ ਦੇ ਨਾਲ ਪੌੜੀ ਲਾ ਕੇ ਚੜ੍ਹਨ ਲੱਗਾ। ਖਾਲਸੇ ਨੇ ਆਖਿਆ, ਗਰੀਬ ਰਿਵਾਜ, ਦੁਸ਼ਮਣ ਬੜੀ ਘਟੀਆ ਚਾਲ ਚੱਲਣ ਲੱਗਾ ਹੈ, ਹੁਣ ਕੀ ਬਣੇਗਾ? ਸਤਿਗੁਰੂ ਜੀ ਨੇ ਭਾਈ ਕੋਠਾ ਸਿੰਘ ਜਾਂ ਭਾਈ ਕਾਠਾ ਸਿੰਘ ਤੇ ਭਾਈ ਮਦਨ ਸਿੰਘ ਇਹ ਗੜੀ ਦੇ ਦਰਵਾਜ਼ਿਆਂ ਤੇ ਲਾ ਤੇ। ਬੁਰਜਾਂ ਦੇ ਵਿੱਚ ਖਾਲਸੇ ਨੂੰ ਬਿਠਾ ਦਿੱਤਾ ਗਿਆ ਤੇ ਤੀਰਾਂ ਦੇ ਪੱਥੇ ਆਖਿਆ, ਤੀਰ ਲਾਗੇ ਢੇਰੀ ਲਾ ਲਓ ਤੇ ਵੀਰ ਆਸਣ ਲਾ ਕੇ ਬਹਿ ਜਾਓ, ਤੇ ਜਿਹੜਾ ਵੀ ਪੌੜੀ ਤੋਂ ਸਿਰ ਚੁੱਕੇ, ਥੋੜਾ ਜਿਹਾ ਵੀ ਗੜੀ ਦੀ ਕੰਧ ਤੋਂ ਸਿਰ ਦੁਖੇ, ਉਹ ਫਿਰ ਸੁੱਕਾ ਨਹੀਂ ਜਾਣਾ ਚਾਹੀਦਾ। ਇਤਿਹਾਸ ਲਿਖਦਾ ਨਾਹਰ ਖਾਂ ਬੜਾ ਵੱਡਾ ਸੂਰਬੀਰ ਆ, ਦਸਵੇਂ ਪਾਤਸ਼ਾਹ ਉਹਦੀ ਉਸਤਤ ਵੀ ਕਰਦੇ, ਜੋ ਦੀਦਮ ਕੇ ਨਾਹਰ। ਮੈਂ ਦੇਖਿਆ ਕਿ ਜਿਹੜਾ ਨਾਹਰ ਖਾਂ ਹੈ, ਬਯਾਮਦ ਬਾਜੰਗ, ਉਹ ਪੌੜੀ ਲਾ ਕੇ ਚੜ੍ਹ ਰਿਹਾ ਹੈ ਤੇ ਅੰਦਰ ਵੜਨ ਦੀ ਕੋਸ਼ਿਸ਼ ਕਰਨ ਲੱਗਾ ਹੈ, ਪਰ ਜਿੱਥੋਂ ਚੜ੍ਹਨ ਲੱਗਾ ਉੱਥੇ ਕੌਣ ਬੈਠਾ ਸੀ? ਸਾਹਿਬੇ ਕਮਾਲ ਧੰਨ ਗੁਰੂ ਗੋਬਿੰਦ ਸਿੰਘ। ਜਦੋਂ ਇਹਨੇ ਸਿਰ ਤਾਂ ਚੁੱਕਿਆ ਹੈ ਤੇ ਸਾਡੇ ਵਿਦਵਾਨ ਲਿਖਦੇ ਦਸਵੇਂ ਪਾਤਸ਼ਾਹ ਆਖਿਆ ਕਿ ਨਾਹਰ ਖਾਂ ਸ਼ੇਰ ਦੇ ਘੁਰਨੇ ਚ ਹੱਥ ਪਾ ਕੇ ਤੇ ਸੱਪ ਦੀ ਖੁੱਡ ਚ ਹੱਥ ਪਾ ਕੇ ਸੁੱਕਾ ਚਲਿਆ ਜਾਵੇ, ਤੇ ਜਫਰਨਾਮੇ ਚ ਮਹਾਰਾਜ ਲਿਖਦੇ ਚਸ਼ੀ ਤੇ ਜਕੇ ਤੀਰ ਮਨ ਬੇਦਰੰਗ। ਇੱਕ ਤੀਰ ਕਹਿੰਦੇ ਮੈਂ ਖਿੱਚ ਕੇ ਮਾਰਿਆ ਤੇ ਸਦਾ ਦੀ ਨੀਂਦ ਸਵਾਦ, ਉਹਾਟੜੀ ਖਾ ਕੇ ਪੌੜੀ ਤੋਂ ਡਿੱਗਾ। ਗਨੀ ਖਾਂ ਨੇ ਬੜੀ ਹਿੰਮਤ ਕੀਤੀ, ਬੜੀ ਚਲਾਕੀ ਕੀਤੀ, ਕਦੀ ਇੱਧਰ ਕਦੀ ਉੱਧਰ, ਪਰ ਉਹ ਵੀ ਖਾਲਸੇ ਹੱਥੋਂ ਮਾਰਿਆ ਗਿਆ। ਤੀਸਰੇ ਜਰਨੈਲ ਦਾ ਨਾਮ ਮਹਾਰਾਜ ਲਿਖਦੇ ਨੇ ਕਿ ਇੱਕ ਇਹਨਾਂ ਵਿੱਚੋਂ ਸੀ ਖਵਾਜਾ ਮਹਿਬੂਦ ਅਲੀ ਖਾਂ, ਜਿਹੜਾ ਆਪਣੀ ਬਹਾਦਰੀ ਦੀ ਬੜੀ ਸ਼ੇਖੀ ਮਾਰਦਾ ਸੀ। ਸੂਬਾ ਏ ਸਰਹੰਦ ਨੇ ਖਿੱਚ ਕੇ ਆਖਿਆ ਵੀ ਇਹ ਸ਼ੇਖੀਆਂ ਬੇਗਮਾਂ ਵਾਸਤੇ ਹੀ ਆ ਕਿ ਕੁਝ ਕਰਕੇ ਵੀ ਵਿਖਾਵੇਗਾ?
ਖਵਾਜਾ ਮਹਿਬੂਦ ਅਲੀ ਖਾਂ ਨੇ ਸੱਚੀ ਗੱਲ ਕਹਿ ਦਿੱਤੀ। ਕਹਿੰਦਾ ਸੂਬਾ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰਦਾ, ਨਾ ਤੁਹਾਡੇ ਵੱਸ ਦੀ ਗੱਲ ਆ ਤੇ ਨਾ ਮੇਰੇ ਵੱਸ ਦੀ ਗੱਲ। ਸੱਚ ਇਹ ਵੇ, ਪਰ ਜੇ ਮੈਂ ਤੈਨੂੰ ਚੰਗਾ ਨਹੀਂ ਨਾ ਲੱਗਦਾ ਤੁਰਿਆ ਫਿਰਦਾ ਤੇ ਮੈਂ ਵੀ ਪੌੜੀ ਚੜ੍ਹ ਜਾਂਦਾ, ਫਿਰ ਹੋਰ ਕੀ। ਤਾਂ ਕਹਿੰਦੇ ਇਹ ਡਰਦਾ ਡਰਦਾ ਕੰਧ ਦੇ ਨਾਲ ਲੱਗ ਕੇ ਜਦੋਂ ਪੌੜੀ ਚੜ੍ਹਨ ਲੱਗਾ, ਜਿਵੇਂ ਕਬੂਤਰ ਬਾਜ ਨੂੰ ਵੇਖ ਕੇ ਸ਼ਹਿ ਜਾਂਦਾ, ਦਸਵੇਂ ਪਾਤਸ਼ਾਹ ਨੂੰ ਵੇਖ ਕੇ ਸ਼ਹਿ ਗਿਆ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕਾਇਰ ਬਣ ਕੇ ਧੌਣ ਆਪਣੀ ਝੁਕਾ ਗਿਆ। ਦਸਵੇਂ ਪਾਤਸ਼ਾਹ ਲਿਖਦੇ ਕਹਿੰਦੇ ਔਰੰਗਜ਼ੇਬ ਇਹ ਤੇਰਾ ਜਰਨੈਲ ਬੜਾ ਵੱਡਾ ਕਾਇਰ ਸੀ, ਜੇ ਕਿਤੇ ਧੌਣ ਤਾਂ ਨੂੰ ਕਰਦਾ ਤੇ ਇੱਕ ਤੀਰ ਮੈਂ ਇਹਨੂੰ ਵੀ ਦੇ ਦਿੰਦਾ, ਪਰ ਇਹ ਬੜੀ ਬੁਜ਼ਦਲੀ ਦਿਖਾ ਗਿਆ। ਮਹਾਰਾਜ ਲਿਖਦੇ ਕਿ ਆ ਖਵਾਜਾ ਮਰਦੂਦ ਸਾਇਆ ਦੀਵਾਰ ਕੰਧ ਦੇ ਓਲੇ ਹੋ ਗਏ। ਹੁਣ ਇੱਥੋਂ ਸਾਧ ਸੰਗਤ ਜੀ ਤੁਸੀਂ ਹਿਸਾਬ ਲਾਓਗੇ, ਇੱਥੇ ਸਾਡੇ ਵਿਦਵਾਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਉਸਤਤ ਕੀਤੀ ਕਿ ਏਡਾ ਹੌਸਲਾ ਕਿੱਥੋਂ ਆਇਆ। ਸੌ ਬੰਦਾ ਇੱਕ ਪਾਸੇ ਖਲੋਤਾ ਹੋਵੇ ਤੇ ਇੱਕ ਬੰਦੇ ਦੀ ਹਿੰਮਤ ਨਹੀਂ ਪੈਂਦੀ, ਉਹਨਾਂ ਨਾਲ ਅੜ ਜਾਵੇ, ਲੜ ਜਾਵੇ, ਬੋਲ ਵਿਗਾੜ ਕਰ ਜਾਵੇ। ਤੇ ਦਹਿ ਲੱਖ ਬਰਾਇਦ ਬਰੋ ਬੇਖਬਰ, ਬਾਕੀ ਪਤਾ ਹੀ ਨਹੀਂ ਕਿੰਨੇ ਕੁ ਲਟੇਰੇ ਨੇ ਤੇ ਕਿੰਨੀ ਕੁ ਫੌਜ ਹੈ, ਹਿਸਾਬ ਕੋਈ ਨਹੀਂ। ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਮਹਾਨਤਾ ਜਿਹਨਾਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦਿੱਤੀ ਖਾਲਸੇ। ਇੱਥੇ ਇੱਕ ਇੰਗਲੈਂਡ ਦੇ ਬੜੇ ਪ੍ਰਸਿੱਧ ਵਿਦਵਾਨ ਮਕਾਲਿਫ ਸਾਹਿਬ ਬੜੀ ਸੋਹਣੀ ਗੱਲ ਲਿਖਦੇ ਹੋਏ ਕਹਿੰਦੇ ਨੇ ਕਿ ਪੰਜਾਬ 'ਚ ਆਏ, ਇਤਿਹਾਸ ਪੜ੍ਹਿਆ, ਪ੍ਰਭਾਵਿਤ ਹੋਏ ਤੇ ਲਿਖਦੇ ਕਾਸ਼ ਗੁਰੂ ਗੋਬਿੰਦ ਸਿੰਘ ਇੰਗਲੈਂਡ 'ਚ ਜੰਮਿਆ। ਅਸੀਂ ਸਾਰੀ ਦੁਨੀਆ 'ਤੇ ਈਸਾਈਆਂ ਦਾ ਝੰਡਾ ਚੜ੍ਹਾ ਦੇਣਾ। ਬੜੇ ਦੁੱਖ ਦੇ ਨਾਲ ਲਿਖਿਆ ਕਾਸ਼ ਗੁਰੂ ਗੋਬਿੰਦ ਸਿੰਘ ਸਾਡੇ ਵਿੱਚ ਪੈਦਾ ਹੋਇਆ। ਤੇ ਇਹ ਗੱਲ ਸੱਚੀ ਹੈ, ਈਸਾਈ ਮਸ਼ੀਨਰੀਆਂ ਨੇ ਤਕਰੀਬਨ ਅੱਧੀ ਦੁਨੀਆ ਫੜ ਕੇ ਈਸਾਈ ਬਣਾਤੀ ਹੈ। ਉਹ ਭਾਵੇਂ ਜਾਇਜ਼ ਤਰੀਕਾ ਕਿ ਨਜਾਇਜ਼ ਤਰੀਕਾ ਆਪਾਂ ਸਭ ਜਾਣਦੇ। ਇੱਕ ਸਾਡੇ ਵੀ ਮਸ਼ੀਨਰੀ ਹੈ ਜਿਹੜੇ ਸੁੱਖ ਰੱਖਣ, ਮਹਾਰਾਜ ਉਹਨਾਂ ਤੇ ਕਿਰਪਾ ਰੱਖੇ ਆ, ਜਿੰਨੇ ਕੁ ਹੈਗੇ ਇੰਨੇ ਕੀ ਬਚੇ ਰਹਿਣ, ਬੜੀ ਛਾਵਾਂ 'ਚ ਦੁਨੀਆ 'ਤੇ ਕੀ ਬਣਾਉਣੀ ਹੈ ਸਿੱਖ। ਤੇ ਸਾਡਾ ਹਾਲ ਕਿੱਦਾਂ ਦਾ ਬਣ ਗਿਆ, ਮਸ਼ੀਨ ਵਰਗਾ, ਮਸ਼ੀਨ ਦਾ ਕੰਮ ਆ ਵੱਢੀ ਜਾਣਾ ਵਾ, ਦਿਲ ਥੋੜ੍ਹੀ ਹੁੰਦਾ ਮਸ਼ੀਨ 'ਚ। ਤੇ ਅਸੀਂ ਵੀ ਬਸ ਵੱਢੀ ਜਾਣਾ, ਸਾਡੇ ਵਰਗੇ ਕਥਾ ਵਾਚਕਾਂ ਨੇ ਵੀ ਆਹ ਨਹੀਂ ਹੋ ਸਕਦਾ, ਆਹ ਨਹੀਂ ਹੋ ਸਕਦਾ। ਤੇ ਈਸਾਈ ਜਿਹੜੇ ਉਹ ਅਜੇ ਤੱਕ ਲੈ ਕੇ ਬੈਠੇ ਆ ਵੀ ਮਰਨ ਤੋਂ ਬਾਅਦ ਹਜ਼ਰਤ ਸਾਹਿਬ ਜ਼ਿੰਦਾ ਹੋਏ, ਉਹ ਅਜੇ ਵੀ ਯਕੀਨ ਰੱਖਦੇ ਕਿ ਮਰਨ ਤੋਂ ਬਾਅਦ ਹਜ਼ਰਤ ਸਾਹਿਬ
ਫਿਰ ਉੱਠ ਕੇ ਖਲੋ ਗਏ ਤੇ ਇੱਕ ਸਾਡੇ ਨੇ ਜਿਹੜੇ ਕਹਿੰਦੇ ਬਾਬਾ ਦੀਪ ਸਿੰਘ ਦਾ ਸਿਰ ਕਦੋਂ ਵੱਢਿਆ ਗਿਆ ਸੀ ਜਿੱਦਾਂ ਲਾਗੇ ਬੈਠਾ ਹੋਵੇ ਵੀ ਤੂੰ ਵੇਖਿਆ ਸੀ ਇੱਕ ਇਹ ਵੀ ਸਾਡੇ ਅੱਧੀ ਦੁਨੀਆਂ ਦੇ ਤਕਰੀਬਨ ਉਹਨਾਂ ਆਪਣਾ ਧਰਮ ਫੈਲਾ ਦਿੱਤਾ ਹੈ ਆਪਣੇ ਧਰਮ ਤੇ ਅਸੂਲਾਂ ਤੇ ਉਹਨਾਂ ਯਕੀਨ ਰੱਖਿਆ ਭਾਵੇਂ ਲੋਕ ਅੱਜ ਉਹਨਾਂ ਨੂੰ ਮਖੌਲ ਹੀ ਕਰਦੇ ਇਹਨਾਂ ਗੱਲਾਂ ਹਜ਼ਰਤ ਈਸਾ ਸਾਹਿਬ 33 ਕੁ ਸਾਲ ਦੀ ਉਮਰ ਦੇ ਵਿੱਚ ਉਹਨਾਂ ਨੂੰ ਸਲੀਬ ਉੱਤੇ ਟੰਗ ਦਿੱਤਾ ਗਿਆ ਤੇ ਜਦੋਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੇ ਅਖੀਰਲੇ ਸ਼ਬਦ ਸੀ ਕਿ ਹੇ ਖੁਦਾ ਜਿਸ ਇਮਤਿਹਾਨ ਵਿੱਚ ਮੈਨੂੰ ਪਾਇਆ ਕਿਸੇ ਹੋਰ ਨੂੰ ਨਾ ਪਾਈ ਤੇ ਦੂਸਰੇ ਬੰਨੇ ਦੇਖੋ ਆਪਣੇ ਸਤਿਗੁਰਾਂ ਵੱਲ ਉਹ ਵੀ ਸਤਿਕਾਰਯੋਗ ਨੇ ਪਰ ਆਪਣੇ ਗੁਰਾਂ ਦੇ ਹੁਣ ਤੁਸੀਂ ਗੁਣ ਦੇਖਿਓ ਧੰਨ ਗੁਰੂ ਅਰਜਨ ਦੇਵ ਸਾਹਿਬ ਤੱਤੀ ਲੋਹ ਤੇ ਬੈਠੇ ਤੇ ਇਹ ਨਹੀਂ ਆਖਿਆ ਕਿ ਹੇ ਵਾਹਿਗੁਰੂ ਜਿਹੜਾ ਦੁੱਖ ਤੂੰ ਜਿੰਨਾ ਦੁੱਖ ਤੂੰ ਮੈਨੂੰ ਦੇ ਰਿਹਾ ਮੇਰੇ ਤੋਂ ਸਿਆ ਨਹੀਂ ਜਾਂਦਾ ਕਿਸੇ ਹੋਰ ਨੂੰ ਨਾ ਦਈ ਸਗੋਂ ਕੀ ਸ਼ਬਦ ਪੜਿਆ ਤੇਰਾ ਕੀਆ ਮਿੱਠਾ ਲੱਗਿਆ ਗੱਲ ਤੇ ਗੁਣਾਂ ਦੀ ਹੈ ਤੇ ਸਾਰਿਆਂ ਚ ਹੀ ਰੱਬ ਦੀ ਜੋਤ ਹਰ ਨਾਮ ਪਦਾਰਥ ਨਾਨਕ ਮੰਗ ਜਦੋਂ ਦੂਸਰੇ ਧਰਮ ਨਾਲ ਤੁਲਨਾ ਕਰੋਗੇ ਨਾ ਫੇਰ ਤੁਹਾਨੂੰ ਪਤਾ ਲੱਗੂ ਕਿ ਤੁਹਾਡੇ ਗੁਰਾਂ ਦੀ ਮਹਾਨਤਾ ਕੀ ਹੈ ਕਹਿੰਦੇ ਜੀ 12 ਚੇਲੇ ਸੀ ਇਹਨਾਂ ਦੇ ਹਜ਼ਰਤ ਸਾਹਿਬ ਦੇ ਬ੍ਰਹਮ ਗਿਆਨੀ ਈਸਾ ਜੀ ਦੇ 12 ਚੇਲੇ ਸੀ ਮਹਾਰਾਜ ਦੇ ਔਰ ਬੜੇ ਪਿਆਰ ਵਾਲੇ ਹਜ਼ਰਤ ਹੋਏ ਨੇ ਪ੍ਰੇਮ ਦੇ ਨਾਲ ਇਹਨਾਂ ਧਰਮ ਆਪਣਾ ਪ੍ਰਚਾਰਿਆ ਹੈ ਸਭਨਾ ਪ੍ਰੇਮ ਕਰਨ ਤੇ ਸੇਵਾ ਕਰਦੀ ਸਭਨਾ ਦੀ ਪਰ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕੌਣ ਆ ਇੱਥੇ ਕੀ ਕਰਦੇ ਆ ਕੀ ਲੈਣ ਆਏ ਆ ਉਹ 12 ਦੇ 12 ਹੀ ਮੁੱਕਰ ਗਏ ਸੀ ਵੀ ਅਸੀਂ ਨਹੀਂ ਇਹਨੂੰ ਜਾਣਦੇ ਇਹ ਕੌਣ ਆ ਇਸ ਕਰਕੇ ਤੁਸੀਂ ਦੇਖੋ 12 ਤੋਂ ਬਾਅਦ ਉਹਨਾਂ 13 ਨੰਬਰ ਮਨਹੂਸ ਮੰਨਿਆ ਕਿ ਨਹੀਂ ਸਾਈਆਂ ਇੱਥੇ ਆ ਤੁਹਾਡੇ ਦੇਸ਼ ਵਿੱਚ 13 ਨੰਬਰ ਨਹੀਂ ਲੈਣਗੇ ਉਹ ਵੱਖਰੀ ਗੱਲ ਆ ਵੀ ਸਾਡੇ ਤੇ ਚੱਲਦਾ ਹੀ 13-13 ਹੈ 13 ਤੋਂ 13-13 ਤੱਕ ਪਹੁੰਚ ਜਾਈਦਾ ਚੰਡੀਗੜ੍ਹ ਦੇ ਵਿੱਚ ਵੇਖ ਲਓ ਈਸਾਈ ਕਿੱਡਾ ਵੱਡਾ ਆਰਕੀਟੈਕਟ ਸੀ ਉਹਨੇ ਨਕਸ਼ਾ ਬਣਾਇਆ ਪਰ ਉਹਨੇ 13 ਨੰਬਰ ਉੱਥੇ ਵੀ ਨਹੀਂ ਰੱਖਿਆ ਸਿੱਧਾ 14 ਤੇ ਪਹੁੰਚ ਗਿਆ 13 ਨੰਬਰ ਸੈਕਟਰ ਨਾ ਉਹ ਬਣਾ ਸਕੇ ਹੁਣ ਇੱਧਰ ਤੁਸੀਂ ਖਾਲਸੇ ਦੇ ਦਰਸ਼ਨ ਕਰੋ ਗੁਰੂ ਗੋਬਿੰਦ ਸਿੰਘ ਜੀ ਦੇ ਤੇ ਤੁਸੀਂ ਦਰਸ਼ਨ ਕਰ ਲਏ ਹੁਣ ਖਾਲਸੇ ਦੇ ਦਰਸ਼ਨ ਕਰੋ ਤੂੰ ਕਿੱਦਾਂ ਦੇ ਸਿੱਖ ਪੈਦਾ ਕੀਤੇ ਮਹਾਰਾਜ ਨੇ ਜਿਹੜੇ ਪੜਦੇ ਪਏ ਸੀ ਮੋਹੇ ਮਰਨੇ ਕਾ ਚਾਓ ਹੈ ਮਰੋ ਤੋ ਹਰ ਕੇ ਦੁਆਰ ਮਤ ਹਰ ਪੂਛੇ ਕੌਣ ਹੈ ਪਰਾ ਹਮਾਰੇ ਬਾਰ ਜਿਹੜੇ ਪੜਦੇ ਪਏ ਸੀ ਖਗ ਖੰਡ ਬੇਹੰਡੰਗ ਖਲਦਲ ਖੰਡੰਗ ਅਤਰਣ ਮੰਡੰਗ ਕੋਈ ਦੰਡ ਅਖੰਡਗ ਤੇਜ ਪ੍ਰਚੰਡੰਗ ਜੋਤ ਅਮੰਡੰਗ ਭਾਨ ਪ੍ਰਭੰਗ
ਸੁਖ ਸੰਤਾ ਕਰਨੰਗ ਦੁਰਮਤ ਦਰਣੰਗ ਕਿਲਬਿਕ ਹਰਣੰਗ ਆਸਰਣੰਗ ਜੈ 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 ਕਾਰਨ ਸ੍ਰਿਸ਼ਟ ਉਬਾਰਣ ਮਮ ਪ੍ਰਤਪਾਰਣ ਜੈ ਤੇਗੰ ਸ੍ਰੀ ਜੈ ਤੇਗੰ। ਐਸੇ ਸੂਰਬੀਰ ਪੰਜਾਂ ਪਿਆਰਿਆਂ ਦੇ ਵਿੱਚੋਂ ਭਾਈ ਸਾਹਿਬ ਭਾਈ ਹਿੰਮਤ ਸਿੰਘ ਜੀ ਨੇ ਹੱਥ ਜੋੜੇ ਕਿ ਹੇ ਸੱਚੇ ਪਾਤਸ਼ਾਹ ਮੈਨੂੰ ਆਗਿਆ ਦਿੱਤੀ ਜਾਵੇ ਦੁਸ਼ਮਣ ਗੜੀ ਦੇ ਨੇੜ ਨਾ ਆਵੇ, ਆਗਿਆ ਲੈ ਕੇ ਆਪਣਾ ਜਥਾ ਲੈ ਕੇ ਤੁਰੇ ਨੇ ਪਿਆਰੇ ਭਾਈ ਹਿੰਮਤ ਸਿੰਘ ਜੀ। ਇਹਨਾਂ ਦੀ ਪੁਸਤਕ ਦੇ ਵਿੱਚ ਸਾਡੇ ਇਤਿਹਾਸਕਾਰ ਕਹਿੰਦੇ ਨੇ ਜਿਵੇਂ ਸ਼ੇਰ ਨਿਕਲਦੇ ਨੇ ਆਪਣੀ ਕੰਦਰਾਂ 'ਚ, ਇੱਦਾਂ ਇਹ ਗੜੀ ਦੇ ਵਿੱਚੋਂ ਬਾਹਰ ਆਉਂਦੇ। ਜਿਵੇਂ ਇੱਜੜ ਉੱਤੇ ਬਘਿਆੜ ਭੁੱਖੇ ਕਈ ਦਿਨਾਂ ਦੇ ਟੁੱਟ ਕੇ ਪੈਂਦੇ ਨੇ, ਇੱਦਾਂ ਇਹ ਆਪਣੇ ਜਥੇ ਸਮੇਤ ਫੌਜ ਉੱਤੇ ਟੁੱਟ ਕੇ ਪਏ। ਇੱਥੇ ਜਰਨੈਲਾਂ ਨੇ ਹੁਕਮ ਦਿੱਤਾ ਹੈ ਕਿ ਸਿੱਖ ਤਲਵਾਰਾਂ ਲੈ ਕੇ ਆ ਰਹੇ ਨੇ, ਆਪਾਂ ਵਿਆਖਿਆ ਕਰਦੇ ਕਿਰਪਾਨ ਦੀ, ਕੋਈ ਤੀਰ ਨਾ ਚਲਾਵੇ ਕੋਈ ਗੋਲੀ ਨਾ ਚਲਾਵੇ, ਧਰਮ ਤੇ ਦੀਨ ਦਾ ਯੁੱਧ ਕਰੋ। ਇੱਕ ਇੱਕ ਸੂਰਮਾ ਨਿਤਰੋ ਜਿੰਨੇ ਸਿੱਖ ਨੇ ਇੱਕ ਨਾ ਇੱਕ ਲੜ ਕੇ ਵਿਖਾਓ ਤੇ ਆਪ ਉੱਚੀ ਥਾਂ ਤੇ ਬਹਿ ਕੇ ਜਰਨੈਲ ਸਾਰੇ ਦੇਖਣ ਲੱਗ ਪਏ। ਹੁਣ ਜਿਹੜੇ ਤਮਾਸ਼ਾ ਵੇਖਣ ਵਾਲੇ ਸੀ ਪਿੱਛੇ ਹੋ ਗਏ ਤੇ ਜਿਨ੍ਹਾਂ ਨੂੰ ਸ਼ੌਂਕ ਸੀ ਗੱਤਕੇ ਬਾਜੀ ਦਾ ਫਿਰ ਉਹ ਵੀ ਨਿਤਰੇ ਉਹਨਾਂ ਵਿੱਚ। ਯੁੱਧ ਹੋਣਾ ਸ਼ੁਰੂ ਹੋਇਆ ਪਰ ਹੋਇਆ ਕਿ ਜਿੰਨੇ ਨਿਤਰਨ ਕੁਝ ਕੁ ਚਿਰ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ 500 ਲਾਸ਼ ਦਾ ਢੇਰ ਲਾਇਆ ਇਹਨਾਂ। ਗਿਆਨੀ ਗਿਆਨ ਸਿੰਘ ਜੀ ਕਹਿੰਦੇ 500 ਲਾਸ਼। ਫਿਰ ਥੋੜ੍ਹਾ ਜਿਹਾ ਇਹਨਾਂ ਨੇ ਨਿਯਮ ਤੋੜ ਦਿੱਤਾ, ਫਿਰ ਇੱਕ ਜਾਣੇ ਨਾਲ ਦੋ ਦੋ ਲੜਨ ਲੱਗ ਪਏ। ਫਿਰ ਸਿੰਘਾਂ ਨੇ ਵੀ ਆਪਣੀਆਂ ਪਿੱਠਾਂ ਜੋੜ ਲਈਆਂ ਫਿਰ, ਤੇ ਉੱਥੇ ਜਿਹੜੀ ਤਲਵਾਰ ਸਿੰਘਾਂ ਨੇ ਵਾਹੀ ਹੈ ਅਖੀਰ ਇੱਕ ਜਾਣੇ ਨੇ 10 ਗੁਣਾ ਵੱਧ ਫੌਜ ਮਾਰੀ, ਤੇ ਫੌਜ ਗੁੱਸੇ ਦੀ ਮਾਰੀ ਫਿਰ ਹਾਰ ਕੇ ਟੁੱਟ ਕੇ ਇਕੱਠੀ ਹੋ ਕੇ ਪੈ ਗਈ ਤੇ ਪਿਆਰੇ ਭਾਈ ਹਿੰਮਤ ਸਿੰਘ ਜੀ ਜੂਝਦੇ ਹੋਏ ਸ਼ਹੀਦ ਹੋ, ਨਾਲ ਦੇ ਸਾਥੀ ਸਿੰਘ ਵੀ ਜੂਝਦੇ ਹੋਏ ਸ਼ਹੀਦ ਹੋਏ। ਖਾਲਸੇ ਨੇ ਬੇਨਤੀ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਸਾਹਿਬਜ਼ਾਦਿਆਂ ਨੂੰ ਲੈ ਕੇ ਗੜੀ ਵਿੱਚੋਂ ਨਿਕਲ ਜਾਓ, ਨਹੀਂ ਤੇ ਬੜਾ ਵੱਡਾ ਪੰਥ ਦਾ ਨੁਕਸਾਨ ਹੋਵੇ। ਧੰਨ ਗੁਰੂ ਗੋਬਿੰਦ ਸਿੰਘ ਜੀ ਹੱਸ ਕੇ ਕਹਿਣ ਲੱਗੇ, ਕਿਉਂ ਤੁਸੀਂ ਮੇਰੇ ਸਾਹਿਬਜ਼ਾਦੇ ਨਹੀਂ? ਇਹ ਵਚਨ ਸੁਣ ਕੇ ਸਾਹਿਬ ਬਾਬਾ ਅਜੀਤ ਸਿੰਘ ਜੀ ਹਜ਼ੂਰ ਦੇ ਚਰਨਾਂ ਵਿੱਚ ਗਲ ਵਿੱਚ ਪੱਲਾ ਪਾ ਕੇ ਹਾਜ਼ਰ ਹੋਏ। ਸਤਿਗੁਰੂ ਜੀ ਨੇ ਹੁਕਮ ਕੀਤਾ ਵੀ ਕੀ ਚਾਹੁੰਦੇ ਹੋ? ਤਾਂ ਕਹਿੰਦੇ ਮਹਾਰਾਜ ਧਰਮ ਦਾ ਯੁੱਧ ਕਰਨਾ ਚਾਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਬਾਸ਼ ਦਿੱਤੀ, ਇਹ ਵੀ ਵਚਨ ਕੀਤਾ ਜੇ ਅਸੀਂ ਆਵਾਜ਼ ਮਾਰਦੇ ਤੇ ਦੁਨੀਆਂ ਨੇ ਮਤਲਬ ਹੋਰ ਕੱਢਣਾ ਸੀ, ਤੇ ਤੁਸੀਂ ਆਪ ਆਏ ਹੋ
ਜਦੋਂ ਵੀ ਪੰਥ ਨੂੰ ਲੋੜ ਪਵੇਗੀ ਤੇਰੇ ਵਰਗੇ ਨੌਜਵਾਨ ਸੂਰਬੀਰ ਆਪਣਾ ਆਪ ਪੇਸ਼ ਕਰਿਆ ਕਰਨਗੇ ਪੰਥ ਦੀ ਸੇਵਾ। ਧੰਨ ਬਾਬਾ ਅਜੀਤ ਸਿੰਘ ਜੀ, ਇਹਨਾਂ ਦੇ ਨਾਲ ਪਿਆਰੇ ਭਾਈ ਮੋਹਕਮ ਸਿੰਘ ਜੀ, ਵੈਸੇ ਤੇ ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ, ਭਾਈ ਮੋਹਕਮ ਸਿੰਘ ਜੀ ਨੂੰ ਮਹਾਰਾਜ ਨੇ ਵਰ ਦਿੱਤਾ ਕਿ ਸਾਡਾ ਬਚਨ ਪੂਰਾ ਕਰ, 1,25,00,000 ਸੇ ਏਕ ਲੜਾਊ ਤਬੈ ਗੋਬਿੰਦ ਸਿੰਘ ਨਾਮ ਕਹਾ। ਸਾਥੀ ਸਿੰਘਾਂ ਦੇ ਸਵੇਤ ਤੁਰੇ ਨੇ। ਹੁਣ ਜਿਹੜੀ ਸਾਡੇ ਇਤਿਹਾਸਕਾਰਾਂ ਨੇ ਇਹਨਾਂ ਦੀ ਉਸਤਤ ਕੀਤੀ ਹੈ ਨਾ, ਉਹ ਸੁਣਨ ਵਾਲੀ ਹੈ। ਪਹਿਲਾਂ ਧੰਨ ਬਾਬਾ ਅਜੀਤ ਸਿੰਘ ਜੀ ਨੇ ਤੀਰਾਂ ਦੇ ਨਾਲ ਹਮਲਾ ਸ਼ੁਰੂ ਕੀਤਾ। ਅਖੀਰ 10,00,000 ਕੇ ਜਾਂ ਮਹਾਕਵੀ ਭਾਈ ਸੰਤੋਖ ਸਿੰਘ ਜੀ ਦੀ ਗਾਥਾ ਪੜ੍ਹੀਏ ਤੇ 20,00,000 ਤੱਕ ਵੀ ਗੱਲ ਪਹੁੰਚ ਜਾਂਦੀ ਹੈ। ਕਿੰਨਾ ਕੁ ਅਖੀਰ ਤੀਰ ਨੁਕਸਾਨ ਕਰ ਸਕਦੇ, ਗਿਣਤੀ ਦੇ ਤੀਰ ਸੀ ਪਰ ਫੌਜ ਦੀ ਕੋਈ ਗਿਣਤੀ ਨਹੀਂ। ਪਹਿਲਾਂ ਤੀਰਾਂ ਦੇ ਨਾਲ ਯੁੱਧ ਕੀਤਾ ਤੇ ਖਾਲਸੇ ਨੇ ਨਾਲ ਦੇ ਸਿੰਘਾਂ ਨੇ ਭਾਈ ਈਸ਼ਰ ਸਿੰਘ ਵਰਗੇ, ਮਾਲੀ ਭਾਈ ਕੇਸਰਾ ਸਿੰਘ ਵਰਗਿਆਂ ਨੇ ਫਿਰ ਤਲਵਾਰਾਂ ਧੋਈਆਂ ਤੇ ਸਤਿਗੁਰੂ ਜੀ ਦੇ ਹੁਕਮ ਵਿੱਚ ਪਿਆਰੇ ਬਾਬਾ ਅਜੀਤ ਸਿੰਘ ਜੀ ਦੀ ਅਗਵਾਈ ਵਿੱਚ ਯੁੱਧ ਸ਼ੁਰੂ ਕੀਤਾ। ਧੰਨ ਬਾਬਾ ਅਜੀਤ ਸਿੰਘ ਜੀ ਦੇ ਤੀਰ ਖਤਮ ਹੋਏ ਤੇ ਉਹਨਾਂ ਬਰਸ਼ੀ ਸਾਂਭੀ, ਇਤਿਹਾਸ ਲਿਖਦਾ ਹੈ। ਤੇ ਬਰਸ਼ੀ ਦੀ ਮਹਾਨਤਾ, ਉਹਨਾਂ ਦੇ ਯੁੱਧ ਦੀ ਮਹਾਨਤਾ ਲਿਖਦੇ ਹੋਏ ਗਿਆਨੀ ਗਿਆਨ ਸਿੰਘ ਜੀ ਨੇ 4 ਲਾਈਨਾਂ ਏਡੀਆਂ ਕਮਾਲ ਦੀਆਂ ਲਿਖੀਆਂ ਨੇ, ਜਿਹ 'ਚ ਕਵਿਤਾ ਦੀ ਤੁਹਾਨੂੰ ਸ਼ੈਲੀ ਦਿਖੇਗੀ ਵੀ ਕਵਿਤਾ ਕਿਹਨੂੰ ਕਹਿੰਦੇ। ਉਹ ਲਿਖਦੇ ਨੇ ਵੀ ਗੁਰ ਬਾਲਕ ਰੂਪ ਅਨੂਪਮ, ਗੁਰੂ ਸਾਹਿਬ ਦਾ ਸਾਹਿਬਜ਼ਾਦਾ ਜੀ ਦਾ ਰੂਪ ਏਡਾ ਸੋਹਣਾ ਸੀ, ਅਨੂਪ ਕਹਿੰਦੇ ਜਿਹਦੀ ਮੈਂ ਗੱਲ ਨਾ ਕਰ ਸਕਾਂ, ਮੇਰੀ ਜ਼ਬਾਨ ਜਿਹਦੀ ਉਸਤਤ ਨਾ ਕਰ ਸਕੇ, ਉਹ ਕੀ ਹੋ ਗਿਆ ਅਨੂਪ। ਅਨ ਉਪਮਾ ਉਪਮਾ ਤੋਂ ਰਹਿਤ, ਗੁਰ ਬਾਲਕ ਰੂਪ ਅਨੂਪੰ ਪੇਖ ਅੰਗਨ ਪੇਖ ਅਨੰਗ ਸੁਲੱਜ, ਅਨੰਗ ਕਹਿੰਦੇ ਕਾਮਦੇਵ ਨੂੰ, ਜਿਹੜੀ ਸੁੰਦਰਤਾ ਇੱਕ ਦੂਜੇ ਨੂੰ ਮੋਹਿਤ ਕਰਦੀ ਉਹਨੂੰ ਵਿਦਵਾਨ ਕਹਿੰਦੇ ਕਾਮ। ਜਦੋਂ ਸਾਧੂ ਸੰਤ ਬੰਦਗੀ ਵਾਲਾ ਕਿਸੇ ਸਿਰੇ ਤੇ ਪਹੁੰਚਦਾ ਹੈ ਤਾਂ ਕਾਲਯੁਗ ਦੀਆਂ ਬਿਰਤੀਆਂ ਪ੍ਰਭਾਵ ਉਹਨੂੰ ਡਲਾਉਣ ਵਾਸਤੇ ਉਹਨੂੰ ਖਿੱਚ ਪਾਉਂਦੀਆਂ, ਮਾੜੇ ਬੰਨੇ ਦੀਆਂ ਉਹਨੂੰ ਕਾਮਦੇਵ ਕਹਿ ਦਿੰਦੇ। ਜਿਹੜਾ ਫਰਿਸ਼ਤਾ ਮੰਨਿਆ ਜਾਂਦਾ ਨਾ, ਸੁੰਦਰਤਾ ਦਾ ਫਰਿਸ਼ਤਾ, ਜਿੱਥੋਂ ਸੁੰਦਰਤਾ ਪੈਦਾ ਹੁੰਦੀ ਸਰੀਰਾਂ 'ਚ, ਉਹ ਵੀ ਕਹਿੰਦੇ ਬਾਬਾ ਅਜੀਤ ਸਿੰਘ ਜੀ ਦੀ ਸੁੰਦਰਤਾ ਵੇਖ ਕੇ ਸ਼ਰਮ ਨਾਲ ਸਿਰ ਝੁਕਾ ਗਿਆ। ਗੁਰ ਬਾਲਕ ਰੂਪ ਅਨੂਪੰ ਅੰਗਨ ਪੇਖ ਅਨੰਗ ਅਨੰਗ ਸੁਲੱਜ ਅਤ ਸ਼ੈਲ ਸ਼ਬੀਲੇ। ਹੁਣ ਇੱਥੇ ਵੇਖਿਓ ਤੁਸੀਂ ਸ਼ਸ਼ੀ ਅੱਖਰ ਦੀ ਵਰਤੋਂ, ਛਤੜੀ ਵਾਲੇ ਦੀ, ਅਤ ਸ਼ੈਲ ਸ਼ਬੀਲੇ ਸ਼ਲੋ ਸ਼ਪ ਸ਼ੁੰਗਨ
ਸ਼ੋਭ ਛਕੈ ਛਤਰੀ ਛਿਤ ਸੱਜ ਜਵਾਨੀ ਚੜ੍ਹਦੀ 17 ਸਾਲ ਦੀ ਉਮਰ ਤੇ ਛਤਰੀਆਂ ਵਾਲਾ ਧਰਮ ਤੇ ਵੀਰ ਰਸ ਵਿੱਚ ਭਰੇ ਹੋਏ। ਅਗਲੀ ਗੱਲ ਲਿਖਦੇ ਨੇ ਰੱਖ ਰੱਖ ਖਾਲਕ ਤਾਲਕ ਮਾਲਕ ਸੋ ਜਗ ਪਾਲਕ ਅਰ ਘਾਲਕ ਜਗ ਪਾਲਕ ਹਿੰਦਨ ਲਾਜੇ ਜਨ ਅੰਦਰ ਕੰਧਰ ਤੇ ਨਿਕਸੈ ਮਿਰਗਿੰਦ ਨਿਹਾਰ ਗਜਿੰਦ ਸਮਾਜੇ। ਧੰਨ ਬਾਬਾ ਅਜੀਤ ਸਿੰਘ ਜੀ, ਜਿਵੇਂ ਸ਼ੇਰ ਆਪਣੇ ਘੁਰਦੇ ਚੋਂ ਬਾਹਰ ਆਉਂਦਾ ਹੈ ਤੇ ਹਾਥੀਆਂ ਦਾ ਝੁੰਡ ਵੇਖ ਕੇ ਅੱਗੇ ਭੱਜਣ ਲੱਗਦਾ ਹੈ, ਏਦਾਂ ਬਾਬਾ ਅਜੀਤ ਸਿੰਘ ਯੁੱਧ ਕਰਨ ਵਿੱਚ ਆ ਰਿਹਾ। ਅਖੀਰ ਵਰਸ਼ਾ ਵੀ ਟੁੱਟ ਗਿਆ, ਇੱਕ ਸੂਰਮੇ ਦੇ ਸਰੀਰ ਵਿੱਚ ਮਾਰਿਆ, ਉਹਨੇ ਸੰਜੋਗ ਪਹਿਨੀ ਸੀ, ਜਦੋਂ ਛਾਤੀ ਚੋਂ ਖਿੱਚ ਕੇ ਕੱਢਣ ਲੱਗੇ ਉਹ ਵਿੱਚ ਹੀ ਟੁੱਟ ਗਿਆ ਤੇ ਫਿਰ ਕੀ ਰਹਿ ਗਈ ਹੈ, ਗਾਤਰੇ ਪਾਈ ਹੋਈ ਸ੍ਰੀ ਸਾਹਿਬ ਉਹ ਮਿਆਨ ਚੋਂ ਕੱਢ ਲਈ। ਇੱਕ ਦੁਸ਼ਮਣ ਨੇ ਸਾਂਗ ਦਾ ਵਾਰ ਕੀਤਾ, ਆਪ ਤੇ ਬਚ ਗਏ ਪਰ ਘੋੜਾ ਜ਼ਖਮੀ ਹੋ ਗਿਆ, ਪੈਦਲ ਹੋ ਗਏ। ਲੜਦੇ ਲੜਦੇ ਦੁਸ਼ਮਣ ਨੇ ਘੇਰ ਕੇ ਪੁਰਜਾ ਪੁਰਜਾ ਕੱਟ ਮਰੇ ਤੇ ਸ਼ਹੀਦੀ ਪਾ ਕੇ। ਦਸਵੇਂ ਪਾਤਸ਼ਾਹ ਗੜੀ ਉੱਪਰੋਂ ਧੰਨ ਭਾਈ ਦਇਆ ਸਿੰਘ ਧਰਮ ਸਿੰਘ ਨਾਲ ਦੇਖ ਕੇ ਜਕਾਰਾ ਛੱਡਿਆ, ਇੱਕ ਬਚਨ ਕੀਤਾ, ਪੀਓ ਪਿਆਲਾ ਪ੍ਰੇਮ ਕਾ ਭਇਓ ਸੁਮਨ ਅਵਤਾਰ ਆਜ ਖਾਸ ਭਏ ਖਾਲਸਾ ਸਤਿਗੁਰ ਕੇ ਦਰਬਾਰ। ਧੰਨ ਬਾਬਾ ਅਜੀਤ ਸਿੰਘ ਜੀ ਨੂੰ ਸ਼ਹੀਦ ਹੁੰਦਿਆਂ ਦੇਖ ਕੇ, ਧੰਨ ਬਾਬਾ ਜੁਝਾਰ ਸਿੰਘ ਜੀ ਦੇ ਮਨ ਦੇ ਵਿੱਚ ਚਾਅ ਪੈਦਾ ਹੋਇਆ ਤੇ ਹੱਥ ਜੋੜ ਕੇ ਗਲ ਚ ਪੱਲਾ ਪਾ ਕੇ ਕਲਗੀਧਰ ਜੀ ਦੇ ਪਾਸ ਆਏ ਕਿ ਮੈਂ ਵੀ ਯੁੱਧ ਕਰਨਾ ਚਾਹੁੰਦਾ। ਸਤਿਗੁਰੂ ਜੀ ਕਹਿੰਦੇ ਠਹਿਰੋ, ਆਪ ਦਸਤਾਰ ਸਜਾਈ, ਆਪ ਸ਼ਸਤਰ ਸਜਾਏ, ਮੱਥਾ ਚੁੰਮਿਆ ਛਾਤੀ ਨੂੰ ਲਾਇਆ ਤੇ ਕਹਿੰਦੇ ਜਿੰਨੇ ਵੇਖਣ ਵਾਲੇ ਸਿੰਘ ਸੀ ਸਾਰਿਆਂ ਦੇ ਨੇਤਰ ਸੱਜਲ ਹੋ ਗਏ। ਪਿਤਾ ਤੇ ਪੁੱਤਰ ਦਾ ਅਖੀਰਲੀ ਮੇਲ ਵੇਖ ਕੇ ਵੀ ਬਾਅਦ ਚ ਮਿਲਦਾ ਨਹੀਂ ਸਾਰੀ ਉਮਰ, ਪਰ ਗੁਰੂ ਸਾਹਿਬ ਦਾ ਹੁਕਮ ਸੀ, ਇਸ ਕਰਕੇ ਦੇਹ ਅਧਿਆਸ ਤੋਂ ਉੱਪਰ ਉੱਠ ਕੇ ਮੋਹ ਤੋਂ ਉੱਪਰ ਉੱਠ ਕੇ ਯੁੱਧ ਕਰਨ ਵਾਸਤੇ ਕਿ ਸਾਧੋ ਇਹੋ ਤਨ ਮਿਥਿਆ ਜਾਦੋ, ਐਸੀ ਭਾਵਨਾ ਲੈ ਕੇ ਯੁੱਧ ਕਰਨ ਵਾਸਤੇ ਗਏ। ਇੱਥੇ ਇਤਿਹਾਸ ਨੇ ਬੜੀ ਸੋਹਣੀ ਉਸਤਤ ਕੀਤੀ ਹੈ, ਧੰਨ ਬਾਬਾ ਅਜੀਤ ਸਿੰਘ ਜੀ ਜੋਗੀ ਅੱਲਾ ਯਾਰ ਖਾਂ ਲਿਖਦੇ ਕਿ ਜਦੋਂ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਲਾਗੇ ਆਏ ਨਾ ਤਾਂ ਰੁਕ ਗਏ ਤੇ ਕਹਿਣ ਲੱਗੇ ਅੱਖਾਂ ਖੋਲ੍ਹ ਕੇ ਵੇਖ ਕੌਣ ਆਇਆ, ਤੇਰਾ ਤੇ ਮੇਰਾ ਪ੍ਰਣ ਸੀ
ਤੂੰ ਵੱਡਾ ਵੀਰ ਹੈ ਤੇ ਜਦੋਂ ਵੀ ਆਪਾਂ ਕਿਤੇ ਜਾਂਦੇ ਸੀ ਇਕੱਠੇ ਜਾਂਦੇ ਸੀ, ਅੱਜ ਮੈਨੂੰ ਇਕੱਲਾ ਛੱਡ ਕੇ ਚੱਲਿਆ। ਇਤਿਹਾਸ ਦੇ ਬਚਨ ਨੇ ਮੈਂ ਤੁਮ ਭਰਾਤ ਸਦਾ ਸੰਗ ਜਾਣਾ, ਮੈਂ ਤੇ ਤੇਰਾ ਭਰਾ ਸੀ, ਤੂੰ ਮੈਨੂੰ ਲੈ ਕੇ ਜਾਂਦਾ ਸੀ ਜਿੱਥੇ ਜਾਂਦੇ ਸੀ, ਮੈਂ ਪਾਛੇ ਤਜ ਕਰਾਂ ਪਿਆਨਾ ਤੇ ਅੱਜ ਯੁੱਧ ਦਾ ਇੰਨਾ ਚਾਅ ਮੈਨੂੰ ਵੀ ਭੁੱਲ ਗਿਆ। ਇਤਿਹਾਸ ਦੇ ਬਚਨ ਕਰਨਾ ਰਸ ਭਰ ਦਿੰਦੇ ਨੇ। ਧੰਨ ਬਾਬਾ ਜੁਝਾਰ ਸਿੰਘ ਜੀ ਯੁੱਧ ਕਰਨ ਲੱਗੇ ਨੇ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਸ਼ਾਬਾਸ਼ ਸ਼ਾਬਾਸ਼ ਕਹਿ ਕੇ ਗੜੀ ਤੇ ਭਾਈ ਧਰਮ ਸਿੰਘ ਭਾਈ ਦਇਆ ਸਿੰਘ ਨਾਲ ਯੁੱਧ ਦੇਖਣ ਲੱਗੇ। ਫੌਜ ਦਾ ਘੇਰਾ ਪਿਆ, ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਤੀਰਾਂ ਦੀ ਵਰਖਾ ਕਰਕੇ ਰਾਹ ਪੱਧਰਾ ਕੀਤਾ ਕਿ ਅੱਗੇ ਵੱਧ ਕੇ ਲੜੋ। ਇੱਥੇ ਇਤਿਹਾਸ ਨੇ ਉਸਤਤ ਕੀਤੀ ਹੈ ਮਹਾਰਾਜ ਜੀ ਦੀ ਵੀ ਧੰਨ ਬਾਬਾ ਜੁਝਾਰ ਸਿੰਘ ਦੀ ਉਮਰ 14 ਸਾਲ 8 ਮਹੀਨੇ 17 ਦਿਨ ਬਣਦੀ ਹੈ ਜਦੋਂ ਧਰਮ ਦੇ ਯੁੱਧ ਵਿੱਚ ਗਏ ਨੇ। ਤੇ ਉਸਤਤ ਵਿੱਚ ਬਚਨ ਕੀਤੇ ਨੇ ਵੀ ਜਿਹੜੇ ਬੁੱਢੇ ਜਰਨੈਲ ਜਿਨ੍ਹਾਂ ਸਾਰੀ ਉਮਰ ਕਈ ਲੜਾਈਆਂ ਲੜੀਆਂ ਸੀ ਉਹਨਾਂ ਦੀਆਂ ਵੀ ਪੰਜੇ ਦੀਆਂ ਪੰਜੇ ਉਂਗਲਾਂ ਮੂੰਹ ਚ ਪਵਾ ਦਿੱਤੀਆਂ ਵੀ ਇਹ ਕਿੱਦਾਂ ਲੜਦਾ ਹੈ। ਤੇ ਇਤਿਹਾਸ ਨੇ ਉਸਤਤ ਕੀਤੀ ਹੈ ਖੇਤਰ ਵਗਾਈ ਦਾਤਰੀ ਜਿਉਂ ਕਿਰਸਨੀਆਂ, ਜਿਵੇਂ ਜਿਮੀਦਾਰ ਦਾਤਰੀ ਦੇ ਨਾਲ ਖੇਤ ਨੂੰ ਵੱਢਦਾ ਏਦਾਂ ਵੱਢ ਵੱਢ ਢੇਰੀਆਂ ਲਾਈਆਂ। ਇਤਿਹਾਸ ਕਹਿੰਦਾ ਹੈ ਗਿਆਨੀ ਗਿਆਨ ਸਿੰਘ ਜੀ ਲਿਖਦੇ ਪਤਾ ਨਹੀਂ ਇਹ ਮੌਤ ਆ ਕਿ ਇਹਦੀ ਤਲਵਾਰ ਮੌਤ ਆ, ਬਸ ਜਿਹੜੇ ਪਾਸੇ ਚੱਲਦੀ ਹੈ ਉੱਥੇ ਲਾਸ਼ਾਂ ਡਿੱਗ ਪੈਂਦੀਆਂ। ਅਖੀਰ ਆਪਣੇ ਨਾਲ ਦੇ ਸਾਥੀ ਸਿੰਘਾਂ ਨਾਲ ਲੜਦੇ ਹੋਏ ਇਹਨਾਂ ਵੀ ਵਰਸ਼ੇ ਦੇ ਨਾਲ ਯੁੱਧ ਕੀਤਾ ਹੈ। ਯੋਗੀ ਅੱਲਾ ਯਾਰ ਖਾਂ ਕਹਿੰਦਾ ਹੈ ਕਿ ਦਸਵੇਂ ਪਾਤਸ਼ਾਹ ਆਪਣਾ ਸ਼ਸਤਰ ਦਿੱਤਾ ਉਹਦੇ ਨਾਲ ਯੁੱਧ ਕੀਤਾ ਹੈ। ਇਹ ਵੀ ਲੜਦੇ ਲੜਦੇ ਸਤ ਸੰਗਤ ਜੀ ਸ਼ਹੀਦੀ ਪਾ ਗਏ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਉਸੇ ਵੇਲੇ ਗਲ ਵਿੱਚ ਪੱਲਾ ਪਾ ਕੇ ਹੱਥ ਜੋੜ ਕੇ ਖਲੋ ਗਏ। ਉਸ ਕਰਤੇ ਪੁਰਖ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਤੇ ਕੀ ਆਖਿਆ ਸੱਚੇ ਪਾਤਸ਼ਾਹ ਜਿਹਦੀ ਵਿਆਖਿਆ ਇੱਕ ਮਹਾਨ ਢਾਡੀ ਨੇ ਆਪਣੀ ਕਵਿਤਾ ਚ ਲਿਖੀ ਹੈ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਵੇ ਹੋ ਗਿਆ ਬੇਰਾ ਬੇਰਾ ਟੁਕੜੇ ਟੁਕੜੇ, ਉਂਗਲੀ ਲਾ ਕੇ ਲੈ ਗਿਆ ਨਾਲ ਵੀਰ ਵਡੇਰਾ ਧੰਨ ਬਾਬਾ ਅਜੀਤ ਸਿੰਘ ਜੀ। ਉਦੋਂ ਫਿਰ ਸਤਿਗੁਰੂ ਨੇ ਵਿਰਾਗ ਨਹੀਂ ਕੀਤਾ, ਪਤਾ ਕੀ ਹੱਸ ਕੇ ਬੋਲੇ ਸਤਿਗੁਰੂ ਵਾਹ ਭਾਣਾ ਤੇਰਾ, ਤੇ ਕਿਹੜੇ ਬਚਨ ਕੀਤੇ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਅਗਲੀ ਗੱਲ ਸਿਰਫ ਦਸਵੇਂ ਪਾਤਸ਼ਾਹ ਨੇ ਕੀਤੀ ਹੈ, ਪੰਥ ਵਸੇ ਮੈਂ ਉਜੜਾ ਮਨ ਝਾਊ ਕਨੇਰਾ। ਇਹ ਸ਼ਬਦ ਪੜ੍ਹ ਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ। ਦੁਨੀਆਂ ਦੇ ਨਕਸ਼ੇ ਉੱਤੇ ਨਾ ਇਹੋ ਜਿਹਾ ਯੁੱਧ ਹੋਣਾ
ਨਾ ਇਹੋ ਜਿਹੇ ਸਿੰਘ ਲੱਭਣੇ ਨੇ ਤੇ ਨਾ ਹੀ ਇਹੋ ਜਿਹਾ ਜਰਨੈਲ ਲੱਭਣਾ ਹੈ, ਨਾ ਹੀ ਇਹੋ ਜਿਹਾ ਪੀਰ ਪੈਗੰਬਰ ਗੁਰੂ ਲੱਭਣਾ ਹੈ ਜਿਹਦੇ ਬੱਚੇ ਸ਼ਹੀਦ ਹੋਣ ਤੇ ਉਹ ਕਾਦਰ ਦਾ ਸ਼ੁਕਰਾਨਾ ਕਰੇ, ਵਾਹਿਗੁਰੂ ਦਾ ਸ਼ੁਕਰ ਕਰੇ। ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਇੱਕ ਘਟਨਾ ਮੈਂ ਆਪ ਜੀ ਨਾਲ ਸਾਂਝੀ ਕਰਾਂ। ਬੜਾ ਪੁਰਾਣਾ ਧਰਮ ਹੈ ਯਹੂਦੀ, ਇਹ ਆਪਣੇ ਧਾਰਮਿਕ ਪੁਜਾਰੀ ਨੂੰ ਰਬਾਈ ਕਹਿੰਦੇ ਨੇ ਜੀ, ਰਬਾਈ ਕਹਿੰਦੇ ਨੇ, ਆਪਾਂ ਜਿਵੇਂ ਗ੍ਰੰਥੀ ਕਹਿ ਦਿੰਦੇ। ਇੱਕ ਰਬਾਈ ਦੀ ਘਟਨਾ ਸਾਂਝੀ ਕਰਾਂ ਤੇ ਤੁਹਾਨੂੰ ਪਤਾ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਗਰਾ ਕਿੱਡਾ ਸੀ, ਹਿਰਦਾ ਕਿੱਡਾ ਸੀ, ਕਿੱਡੇ ਨਿਰਬੋਹ ਸਨ। ਦੋ ਇਹਦੇ ਲੜਕੇ ਆ ਰਬਾਈ ਦੇ ਤੇ ਦੋਵਾਂ ਦੀ ਮੌਤ ਹੋ ਜਾਂਦੀ ਹੈ ਘਰ ਦੇ ਵਿੱਚ, ਘਰ ਵਾਲੀ ਇਕੱਲੀ ਤੇ ਇਹ ਬਾਹਰ ਕਿਤੇ ਧਰਮ ਦੇ ਕੰਮ ਗਿਆ। ਉਹ ਸੋਚਣ ਲੱਗੀ ਕਿ ਮੇਰਾ ਘਰ ਵਾਲਾ ਧਰਮੀ ਬੰਦਾ ਵਾ, ਪਰ ਜਦੋਂ ਉਹਨੂੰ ਪਤਾ ਲੱਗਾ ਨਾ ਵੀ ਦੋਵੇਂ ਹੀ ਚੜ੍ਹਾਈ ਕਰਕੇ ਤੇ ਹੋ ਸਕਦਾ ਉਹ ਸੱਟ ਨਾ ਸਹਾਰੇ ਉਹਦੀ ਮੌਤ ਹੋ ਜਾਂਦੀ, ਇਹ ਵੀ ਹੋ ਸਕਦਾ ਹੈ ਕਿ ਸੱਟ ਸਹਾਰ ਜੇ ਪਰ ਰੱਬ ਤੋਂ ਉਹ ਬੇਮੁੱਖ ਹੋ ਜਾਊਗਾ, ਨਾਸਤਕ ਹੋ ਜਾਊਗਾ ਵੀ ਸਾਰੀ ਉਮਰ ਮੈਂ ਤੇਰੀ ਬੰਦਗੀ ਕੀਤੀ ਤੇ ਜੇ ਮੇਰਾ ਭਲਾ ਨਹੀਂ ਕਰ ਸਕਦਾ ਤੇ ਦੁਨੀਆਂ ਦਾ ਕੀ ਕਰਦਾ। ਇਸ ਤਰ੍ਹਾਂ ਹੁੰਦਾ ਸੰਸਾਰ ਦੇ ਵਿੱਚ, ਧਰਮੀ ਬੰਦੇ ਕਈ ਵਾਰੀ ਇਹੋ ਜਿਹੀ ਗੱਲ ਕਰਕੇ ਨਾਸਤਕ ਹੁੰਦੇ ਨੇ, ਉੱਤੋਂ ਭਾਵੇਂ ਨਾ ਉਹ ਦੱਸਣ। ਉਹ ਸੋਚੀ ਪੈ ਗਈ, ਰੱਬ ਤੇ ਉਹਨੂੰ ਗੁੱਸਾ ਬੜਾ, ਪਰ ਫਿਰ ਕੋਈ ਕੁਦਰਤ ਦੀ ਕਿਰਪਾ ਕਹਿ ਲਓ ਉਹਦਾ ਮਨ ਟਿਕਾਣੇ ਆਇਆ। ਉਹਨੇ ਫਿਰ ਖੁਦਾ ਅੱਗੇ ਅਰਦਾਸ ਕੀਤੀ ਕਿ ਖੁਦਾ ਮੈਨੂੰ ਤਾਕਤ ਦੇ, ਉਹਨੇ ਮੁੜ ਕੇ ਆਉਣਾ, ਮੈਂ ਉਹਨੂੰ ਦੱਸਾਂ ਕਿੱਦਾਂ ਵੀ ਦੋਵੇਂ ਹੀ ਚੜ੍ਹਾਈ ਕਰਕੇ। ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ, ਬੇਨਤੀਆਂ ਕੀਤੀਆਂ ਤੇ ਉਹ ਜਿਹੜਾ ਧਰਮੀ ਬੰਦਾ ਸੀ ਨਾ, ਇਸ ਸਾਖੀ ਦਾ ਨਾਂ ਦੋ ਨਗੀਨੇ, ਬੜੀ ਪ੍ਰਸਿੱਧ ਸਾਖੀ ਹੈ ਯਹੂਦੀ ਧਰਮ ਦੀ। ਉਹ ਸੱਜਣ ਮੁੜ ਕੇ ਵਾਪਸ ਆਇਆ ਤੇ ਸਭ ਤੋਂ ਪਹਿਲਾਂ ਪੁੱਛਦਾ ਹੈ ਵੀ ਬੱਚੇ ਕਿੱਥੇ ਹੈ, ਨਿਆਣੇ ਕਿੱਥੇ ਹੈ। ਉਹ ਧਾਰਮਿਕ ਔਰਤ ਉਹਦੀ ਘਰ ਵਾਲੀ ਕਹਿਣ ਲੱਗੀ ਵੀ ਬੱਚੇ ਖੇਡਦੇ ਪਏ ਆ ਤੇ ਤੂੰ ਇੰਨੇ ਲੰਮੇ ਸਫ਼ਰ ਤੋਂ ਆਇਆ, ਨਹਾ ਧੋ ਲਾ, ਖਾਣਾ ਖਾਣ ਵੇਲੇ ਫਿਰ ਆਪਾਂ ਇਕੱਠੇ ਬਹਿ ਕੇ ਖਾਵਾਂਗੇ ਤੇ ਮਿਲਾਂਗੇ। ਉਹਦੇ ਮਨ 'ਚ ਕੋਈ ਗੱਲ ਨਹੀਂ ਆਈ, ਉਹਨੇ ਇਸ਼ਨਾਨ ਕੀਤਾ, ਪ੍ਰਸ਼ਾਦਾ ਛਕਣ ਬੈਠਾ ਤੇ ਫਿਰ ਪੁੱਛਦਾ ਨਿਆਣੇ ਨਹੀਂ ਦਿਖਦੇ ਕਿੱਥੇ। ਕਿੱਡਾ ਹੌਸਲਾ ਹੋਵੇਗਾ ਉਸ ਔਰਤ ਦਾ, ਉਹਦੇ ਢਿੱਡ 'ਚੋਂ ਜੰਮੇ ਸੀ, ਉਹਦੀਆਂ ਆਂਦਰਾਂ ਘੁਲ ਕੇ ਦੁੱਧ ਬਣੀਆਂ ਸੀ। ਉਹ ਕਹਿਣ ਲੱਗੀ ਖੇਡਦੇ ਪਏ ਆ
ਤੂੰ ਆਰਾਮ ਕਰ ਲਾ ਕੁਝ ਚਿਰ, ਫਿਰ ਉਹਨਾਂ ਆ ਜਾਣਾ ਵਾ ਸ਼ਾਮ ਨੂੰ ਘਰੇ ਮਿਲ ਲਈ। ਉਹਨੂੰ ਕੋਈ ਪਤਾ ਨਹੀਂ ਲੱਗਾ, ਮਹਿਸੂਸ ਨਹੀਂ ਹੋਇਆ। ਉਹਨੇ ਕਿਹਾ ਠੀਕ ਹੈ, ਪ੍ਰਸ਼ਾਦਾ ਛਕਿਆ, ਕੁਝ ਚਿਰ ਆਰਾਮ ਕੀਤਾ, ਫਿਰ ਪੁੱਛਦਾ ਵੀ ਨਿਆਣੇ ਨਹੀਂ ਦੇਖੇ। ਉਹ ਕਹਿਣ ਲੱਗੀ ਨਿਆਣੇ ਆ ਜਾਂਦੇ, ਕਿਤੇ ਨਹੀਂ ਗਏ, ਪਰ ਮੈਨੂੰ ਇੱਕ ਬੜੀ ਵੱਡੀ ਸਮੱਸਿਆ ਪੈ ਗਈ। ਪੁੱਛਦਾ ਤੈਨੂੰ ਕਿਹੜੀ ਸਮੱਸਿਆ ਪੈ ਗਈ? ਕਹਿੰਦੀ ਤੇਰੇ ਪਿੱਛੋਂ ਤੇਰਾ ਸੱਜਣ। ਕਿਹੜਾ ਸੱਜਣ ਜੀ? ਸੱਜਣ ਸੱਜਾ ਪਾਤਸ਼ਾਹ। ਤੇਰੇ ਪਿੱਛੋਂ ਤੇਰਾ ਸੱਜਣ, ਉਹਨੇ ਦੱਸਿਆ ਨਹੀਂ, ਮੈਂ ਆਪਣੇ ਕੋਲੋਂ ਬਾਣੀ ਦੀਆਂ ਤੁਕਾਂ ਲਾ ਰਿਹਾ ਵੀ ਗੱਲ ਸਮਝ ਆ ਜਾਏ। ਜਿਨ੍ਹਾਂ ਤੂੰ ਸਭ ਤੋਂ ਵੱਧ ਪਿਆਰ ਕਰਦਾ ਉਹ ਆਇਆ ਸੀ ਤੇ ਉਹਨੇ ਮੈਨੂੰ ਦੋ ਨਗੀਨੇ ਦਿੱਤੇ ਬੇਸ਼ ਕੀਮਤੀ, ਜਿਨ੍ਹਾਂ ਦਾ ਮੁੱਲ ਕੋਈ ਨਹੀਂ। ਆਪ ਸਾਰੇ ਸਿਆਣੇ ਸਰੋਤੇ ਹੋ, ਤੁਸੀਂ ਸਮਝ ਜਾਣਾ ਗੱਲ। ਕਹਿੰਦਾ ਫੇਰ ਕਹਿੰਦੀ ਮੈਂ ਬੜੇ ਸਾਂਭ ਕੇ ਰੱਖੇ, ਰੂਹ ਚ ਲਪੇਟ ਕੇ ਰੱਖੇ, ਤੱਤੀ ਵਾਹ ਤੱਕ ਨਹੀਂ ਲੱਗਣ ਦਿੱਤੀ, ਪਰ ਉਹ ਫੇਰ ਤੇਰੇ ਆਉਣ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਆਇਆ ਸੀ ਤੇ ਮੈਨੂੰ ਕਹਿੰਦਾ ਮੇਰੀ ਉਹ ਚੀਜ਼ ਵਾਪਸ ਕਰ ਦੇ। ਤੇ ਰੁਬਾਈ ਕਹਿਣ ਲੱਗਾ, ਹੁਣ ਧਰਮੀ ਬੰਦਾ ਸੀ, ਫਿਰ ਦੇ ਦੇਣੀ ਸੀ। ਉਹ ਕਹਿਣ ਲੱਗੀ ਉਹ ਸੋਹਣੇ ਏਡੇ ਸੀ, ਮੇਰਾ ਮਨ ਬੇਈਮਾਨ ਹੋ ਗਿਆ। ਤੂੰ ਉਹਦੀ ਗੱਲ ਕਰਦਾ, ਜੇ ਮੇਰੇ ਤੋਂ ਸਾਰੀ ਦੁਨੀਆ ਮੰਗੇ ਮੈਂ ਤਾਂ ਦੇਣ ਨੂੰ ਤਿਆਰ ਨਹੀਂ। ਰੁਪਾਈ ਨੂੰ ਗੁੱਸਾ ਚੜਿਆ, ਤੂੰ ਧਰਮੀ ਬੰਦੇ ਦੀ ਘਰ ਵਾਲੀ ਹੋ ਕੇ ਕਿਹੋ ਜਿਹੀਆਂ ਬੇਈਮਾਨਾਂ ਵਾਲੀਆਂ ਲੋਭੀ ਵਾਲੀਆਂ ਗੱਲਾਂ ਕਰਦੀ, ਜਿਹੜੀ ਚੀਜ਼ ਸਾਡੀ ਨਹੀਂ ਉਹਨੂੰ ਤੂੰ ਕਿੱਦਾਂ ਰੱਖ ਸਕਦੀ? ਜਿਹਦੀ ਹੈ ਦੇ ਦੇ, ਇਹ ਗੱਲ ਤੇਰੇ ਵਾਸਤੇ ਚੰਗੀ ਨਹੀਂ ਤੇ ਮੇਰੇ ਵਾਸਤੇ ਤੇ ਬਿਲਕੁਲ ਹੀ ਚੰਗੀ ਨਹੀਂ। ਮੈਂ ਤੇ ਰੱਬ ਦੀਆਂ ਗੱਲਾਂ ਦੁਨੀਆਂ ਨੂੰ ਸੁਣਾਉਂਦਾ। ਉਹ ਕਹਿਣ ਲੱਗੀ ਠੀਕ ਹੈ, ਤੂੰ ਜੋ ਮਰਜ਼ੀ ਰੱਬ ਦੀਆਂ ਗੱਲਾਂ ਸੁਣਾਉਂਦਾ ਵਾ, ਪਰ ਮੇਰਾ ਦੇਣ ਨੂੰ ਮਨ ਨਹੀਂ ਕਰਦਾ। ਗ੍ਰੰਥਾਂ ਦੇ ਵਿੱਚ ਕਮਾਲ ਦੀ ਸਾਖੀ ਲਿਖੀ ਹੈ। ਉਹ ਰੁਬਾਈ ਨਾਰਾਜ਼ ਹੋਇਆ, ਉਹ ਕਹਿੰਦਾ ਤੈਨੂੰ ਦੇ ਦੇਣੇ ਚਾਹੀਦੇ ਸੀ, ਮੁੱਕਰਨਾ ਨਹੀਂ ਸੀ ਚਾਹੀਦਾ। ਕਹਿੰਦੀ ਉਹ ਏਡੇ ਬੇਸ਼ ਕੀਮਤੀ ਆ, ਜੇ ਆਪਾਂ ਰੱਖ ਲਈਏ ਸਾਰੀ ਉਮਰ ਸੁੱਖ ਨਾ ਕੱਟਾਂਗੇ। ਉਹ ਕਹਿੰਦਾ ਨਹੀਂ, ਜਿਹੜੀ ਚੀਜ਼ ਸਾਡੀ ਨਹੀਂ, ਕੀ ਬੇਸ਼ ਕੀਮਤੀ ਤੇ ਕੀ ਉਹਦੀ ਕੀਮਤ, ਉਹਤੇ ਮੇਰ ਨਾ ਕਰ। ਤੇ ਮੈਂ ਤੇਰੇ ਨਾਲ ਨਾਰਾਜ਼ ਹਾਂ, ਮੈਂ ਤਾਂ ਖੁਸ਼ ਹੋਊਂਗਾ ਜੇ ਉਹ ਤੂੰ ਦੇ ਦਿੰਦੀ। ਵੇਖੋ ਉਹਨੇ ਕਿੱਡੀ ਯੁਕਤੀ ਨਾਲ ਉਹਨੂੰ ਉੱਥੇ ਲਿਆਂਦਾ। ਫਿਰ ਕਹਿੰਦੀ ਤੂੰ ਖੁਸ਼ ਹੈ ਜੇ ਦੇ ਦਾ, ਇੱਕ ਨਾ ਰੱਖ ਲਈਏ ਦੋਵਾਂ ਚ। ਕਹਿੰਦਾ ਫਿਰ ਤੇਰੇ ਦਿਮਾਗ ਨੂੰ ਕੀ ਹੋ ਗਿਆ? ਜਿਹੜੀ ਚੀਜ਼ ਹੀ ਸਾਡੀ ਨਹੀਂ ਉਹਨੂੰ ਤੂੰ ਕਿੰਨਾ ਕੁ ਚਿਰ ਮੇਰ ਮਾਰ ਕੇ ਰੱਖ ਸਕਦੀ? ਉਹ ਕਹਿੰਦੀ ਫਿਰ ਦੇ ਦੇ।
ਇੱਕ ਵਾਰੀ ਉਹਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਵੀ ਦੇ ਦੇ ਦਾ ਕੀ ਮਤਲਬ। ਕਹਿੰਦਾ ਨਗੀਨੇ ਦਿੱਤੇ। ਹਾਂ ਕਹਿੰਦੀ ਨਗੀਨੇ ਦਿੱਤੇ, ਬੇਸ਼ਕੀਮਤੀ ਨਗੀਨੇ ਦੇ ਤੇ ਦੇ ਤੇ। ਕਿਹੜੇ ਨਗੀਨੇ? ਕਹਿੰਦੀ ਜਿਹੜੇ ਤੇਰੇ ਦੋ ਪੁੱਤ ਜਿਨ੍ਹਾਂ ਦੀ ਕੀਮਤ ਕੋਈ ਨਹੀਂ ਦੇ ਦਿੱਤੇ ਆ। ਕਹਿੰਦੇ ਉਹਦੇ ਗੱਲ ਲੱਗ ਕੇ ਕਿਤੇ ਰੋਇਆ ਫਿਰਦਾ ਹਾਂ ਮਾਰ ਜ਼ਾਰੋ ਜ਼ਾਰ ਰੋਇਆ ਫਿਰ ਰੋਣ ਦਾ ਮੀਂਹ ਵਰਿਆ। ਧਰਮੀ ਬੰਦਾ ਸੀ, ਔਰਤ ਕਿੱਡੀ ਸਿਆਣੀ ਹੋਵੇਗੀ ਜਿਹਨੇ ਦੱਸ ਵੀ ਦਿੱਤਾ ਵੀ ਦੋਵਾਂ ਦੀ ਮੌਤ ਹੋ ਗਈ ਤੇ ਉਹਨੂੰ ਰੱਬ ਤੋਂ ਵੀ ਬੇਮੁੱਖ ਨਹੀਂ ਹੋਣ ਦਿੱਤਾ। ਸਤਿਗੁਰੂ ਕਹਿੰਦੇ ਨੇ ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸਿਓ। ਹੁਣ ਸਤਿਗੁਰੂ ਕੀ ਕਹਿੰਦੇ ਨੇ ਕਿ ਜੋ ਕਿਛ ਹੈ ਸੋ ਤੇਰਾ। ਸੰਸਾਰ ਚ ਜੋ ਵੀ ਇੱਥੇ ਜੋਗੀ ਅੱਲਾ ਯਾਰ ਖਾਂ ਨੇ ਫਿਰ ਉਸਤਤ ਕੀਤੀ ਇਸ ਘਟਨਾ। ਸ਼ਾਮ ਨੂੰ ਸੋਦਰ ਦੀ ਚੌਂਕੀ ਲਾਈ ਤੇ ਬੀਰ ਰਸ ਵਿੱਚ ਆ ਕੇ ਸੱਚੇ ਪਾਤਸ਼ਾਹ ਦਾ ਸ੍ਰੀ ਸਾਹਿਬ ਦੇ ਮੁੱਠੇ ਤੇ ਹੱਥ ਗਿਆ ਕਿ ਹੁਣ ਯੁੱਧ ਵਿੱਚ ਮੈਂ ਜਾਊਂ। ਵਾਹਿਗੁਰੂ ਪਰਮੇਸ਼ਰ ਦਾ ਹੁਕਮ ਹੋਇਆ ਕਿ ਤੁਹਾਡੇ ਕੋਲੋਂ ਅਜੇ ਹੋਰ ਬੜੀ ਸੇਵਾ ਲੈਣੀ ਹੈ, ਇਸ ਕਰਕੇ ਤੁਸੀਂ ਯੁੱਧ ਨਹੀਂ ਕਰਦਾ। ਜੋਗੀ ਜੀ ਨੇ ਇਸ ਤਰ੍ਹਾਂ ਲਿਖਿਆ। ਇਤਿਹਾਸ ਕਹਿੰਦਾ ਕਿ ਖਾਲਸੇ ਨੇ ਫਿਰ ਹੁਕਮ ਕੀਤਾ ਪੰਜਾਂ ਪਿਆਰਿਆਂ ਦੇ ਰੂਪ ਚ। ਇੱਥੇ ਜੋਗੀ ਜੀ ਉਸਤਤ ਕਰਦੇ ਨੇ, ਉਹ ਲਿਖਦੇ ਨੇ ਵੀ ਦੁਨੀਆਂ ਦੇ ਵਿੱਚ ਕੋਈ ਵੀ ਰਹਿਬਰ ਏਦਾਂ ਦਾ ਨਹੀਂ। ਆਪ ਉਹ ਮੁਸਲਮਾਨ ਨੇ ਸੱਚੇ, ਉਹਨਾਂ ਆਪਣੇ ਧਰਮ ਤੋਂ ਗੱਲ ਸ਼ੁਰੂ ਕੀਤੀ ਹੈ। ਉਹ ਲਿਖਦੇ ਨੇ ਕਿ ਯਾਕੂਬ ਕੋ ਯੂਸਫ ਕੇ ਵਿਛੜਨੇ ਨੇ ਰੁਲਾਇਆ। ਹਜ਼ਰਤ ਯਾਕੂਬ, ਉਹਦਾ ਸ਼ਹਿਜ਼ਾਦਾ ਹਜ਼ਰਤ ਯੂਸਫ, ਜਿਹਨੂੰ ਤੁਸੀਂ ਕਿਤੇ ਸੁਣਿਆ ਹੋਵੇਗਾ ਵੀ ਦੁਨੀਆਂ ਵਿੱਚ ਸਭ ਤੋਂ ਸੋਹਣਾ ਸੀ ਤੇ ਮੰਡੀ ਦੇ ਵਿੱਚ ਵਿਕਿਆ ਸੀ। ਜਦੋਂ ਉਹ ਵਿਛੜਿਆ ਤੇ ਹਜ਼ਰਤ ਯਾਕੂਬ ਫਿਰ ਧਾਹਾਂ ਮਾਰ ਕੇ ਰੋਇਆ, ਰੱਬ ਨੂੰ ਮਿਹਣੇ ਦਿੱਤੇ। ਸਾਬਰ ਕੋਈ ਕੰਮ ਐਸਾ ਰਸੂਲੋ ਮੈਂ ਆਇਆ। ਸਾਬਰ ਕਹਿੰਦੇ ਭਾਣਾ ਮੰਨਣ ਵਾਲਾ, ਸੰਤੋਖੀ ਭਾਣੇ ਤੇ ਚੱਲੇ। ਜੋਗੀ ਜੀ ਕਹਿੰਦੇ ਜੇ ਮੈਂ ਰਸੂਲਾਂ ਵੱਲ ਵੀ ਝਾਤ ਮਾਰਾਂ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਬਰਾਬਰ ਦਾ ਕੋਈ ਮਿਲਦਾ ਨਹੀਂ। ਉਹਨਾਂ ਦਾ ਤੇ ਇੱਕ ਵਿਛੜਿਆ ਤੇ ਧਾਹਾਂ ਮਾਰ ਕੇ ਰੋਏ ਤੇ ਇੱਧਰ ਕਟਵਾ ਕੇ ਚਾਰੇ ਪਿਸਰ ਇੱਕ ਆਂਸੂ ਨਾ ਗਿਰਾਇਆ। ਚਾਰ ਪੁੱਤ ਧਰਮ ਦੀ ਖਾਤਰ ਸ਼ਹੀਦ ਕਰਤੇ ਇੱਕ ਅਥਰੂ ਨੇ। ਗੁਰੂ ਗੋਬਿੰਦ ਨੇ ਰਿਸ਼ੀਓ ਕਾ ਰੁਤਬਾ ਬੜਾਇਆ। ਅਗਲੀ ਉਦਾਹਰਨ ਲੈਂਦੇ ਨੇ ਹਿੰਦੁਸਤਾਨ ਦੇ ਅਵਤਾਰਾਂ ਦੇ। ਕੀ ਲਿਖਦੇ ਨੇ? ਕਹਿੰਦੇ ਡੰਡਕ ਮੈਂ ਫਿਰੇ ਰਾਮ ਤੋਂ ਸੀਤਾ ਥੀ ਬਗਲ ਮੈਂ।
ਠੀਕ ਹੈ 14 ਸਾਲ ਦਾ ਬਨਵਾਸ ਮਹਾਰਾਜ ਜੀ ਨੇ ਕੱਟਿਆ, ਸ੍ਰੀ ਰਾਮ ਨੇ ਕੱਟਿਆ, ਪਰ ਸੀਤਾ ਨਾਲ ਸੀ। ਹੌਸਲਾ ਦੇਣ ਵਾਲੀ ਅਰਧ ਸਰੀਰੀ ਨਾਰ ਉਹਨਾਂ ਦੇ ਨਾਲ ਰਹੀ, ਦੁੱਖ ਸੁੱਖ ਵਿੱਚ ਹਰ ਸਮੇਂ ਨਾਲ। ਵੋ ਫਖਰ ਇਹ ਜਹਾਂ ਹਿੰਦ ਕੀ ਮਾਤਾ ਥੀ ਬਗਲ ਮੇਂ, ਬੜਾ ਸਤਿਕਾਰ ਦਿੱਤਾ ਧਰਮੀ ਬੰਦਾ ਕਿਸੇ ਦੀ ਨਿੰਦਿਆ ਨਹੀਂ ਕਰ। ਜਿਹਨੂੰ ਹਿੰਦੁਸਤਾਨ ਆਪਣੀ ਮਾਂ ਕਹਿੰਦਾ ਉਹ ਉਹਦੇ ਨਾਲ ਰਹੀ ਸਾਰੀ ਉਮਰ। ਫਿਰ ਕੌਣ ਨਾਲ ਸੀ? ਲਛਮਣ ਸਾਹਿਬ ਬਿਰਾਦਰ, ਲਛਮਣ ਵਰਗਾ ਭਰਾ ਸੀ। ਪਏ ਤਸਕੀਨ ਇਹ ਜ਼ਿਗਰ ਥਾ, ਇਸ ਕਰਕੇ ਦਿਲ ਨੂੰ ਸ਼ਾਂਤੀ ਸੀ। ਸੀਤਾ ਸੀ ਪਤੀ ਵਰਤਾ ਸੀ, ਬਨ ਰਾਮ ਕੋ ਘਰ ਥਾ। ਹੁਣ ਇੰਨੇ ਜਾਣੇ ਨਾਲ ਸੀ, ਫਿਰ ਵੀ ਸ੍ਰੀ ਰਾਮ ਚੰਦਰ ਇੱਕ ਕੰਮ ਨਹੀਂ ਕਰ ਸਕੇ ਕਿ ਉਹ ਆਪਣੇ ਪੁੱਤਰਾਂ ਨੂੰ ਸ਼ਹੀਦ ਨਹੀਂ ਕਰਵਾ ਸਕੇ। ਫੌਜ ਉਹਨਾਂ ਨੇ ਵੀ ਬੜੀ ਸ਼ਹੀਦ ਕਰਵਾਈ, ਧਰਮ ਦੀ ਖਾਤਰ ਆਪਣੇ ਪੁੱਤਰਾਂ ਦੀ ਕੁਰਬਾਨੀ ਉਹ ਯੁੱਧ ਵਿੱਚ ਨਹੀਂ ਦੇ ਸਕੇ, ਭਾਵੇਂ ਕਿ ਸਾਰੇ ਹਿੰਦੁਸਤਾਨ ਵਿੱਚ ਸਭ ਤੋਂ ਵੱਧ ਜੇ ਕਿਸੇ ਦੀ ਪੂਜਾ ਹੈ ਤੇ ਇਸ ਅਵਤਾਰੀ ਪੁਰਸ਼ ਦੀ ਪੂਜਾ। ਅਗਲੀ ਉਦਾਹਰਣ ਲੈਂਦੇ ਨੇ ਭਗਵਾਨ ਸ੍ਰੀ ਕ੍ਰਿਸ਼ਨ ਚੰਦਰ ਜੀ ਦੀ। ਉਹ ਲਿਖਦੇ ਨੇ ਕਿ ਬਾਕੀ ਹੈ ਕਨ੍ਹਈਆ ਤੋ ਨਹੀਂ ਉਨਕਾ ਪਿਸਰ ਥਾ। ਇਹ ਥੋੜ੍ਹੀ ਜਿਹੀ ਜਾਣਕਾਰੀ ਉਹਨਾਂ ਜਿੱਦਾਂ ਸੁਣੀ ਉੱਦਾਂ ਲਿਖਤੀ। ਉਹਨਾਂ ਲਿਖ ਦਿੱਤਾ ਯੋਗੀ ਜੀ ਨੇ ਕਿ ਕ੍ਰਿਸ਼ਨ ਦਾ ਤੇ ਪੋਤੀ ਕੋਈ ਨਹੀਂ ਸੀ, ਭਾਵੇਂ ਕਿ ਸੀ ਉਹਨਾਂ ਦਾ ਪੁੱਤ ਸੀ, ਪਰ ਤੁਹਾਨੂੰ ਪਤਾ ਜਿਹੜੇ ਧਰਮੀ ਬੰਦੇ ਹੁੰਦੇ ਜਿੱਦਾਂ ਦੀ ਜਾਣਕਾਰੀ ਲੋਕਾਂ ਤੋਂ ਸੁਣਦੇ ਉਸ ਤਰ੍ਹਾਂ ਉਹ ਲਿਖ ਲੈਂਦੇ। ਭਗਵਾਨ ਕ੍ਰਿਸ਼ਨ ਜੀ ਨੇ ਵੀ ਕਿੱਡਾ ਵੱਡਾ ਮਹਾਂਭਾਰਤ ਦਾ ਯੁੱਧ ਲੜਿਆ। ਇਤਿਹਾਸ ਕਹਿੰਦਾ ਕਿ 18 ਖੂਣੀਆਂ ਜਿਸ ਯੁੱਧ ਵਿੱਚ ਖਤਮ ਹੋ ਗਈਆਂ, ਨਾਸ਼ ਹੋ, ਕਿੰਨੀ ਫੌਜ ਮਰੀ ਹੋਵੇਗੀ ਜੇ ਅੰਦਾਜ਼ਾ ਲਾਇਆ ਜਾਵੇ ਤੇ ਕਰੋੜਾਂ ਦੇ ਵਿੱਚ ਉੱਥੇ ਗਿਣਤੀ ਆਉਂਦੀ ਗ੍ਰੰਥਾਂ ਦੇ। ਪਰ ਧਰਮ ਦੀ ਖਾਤਰ ਆਪਣੇ ਸ਼ਹਿਜ਼ਾਦੇ ਦੀ ਕੁਰਬਾਨੀ ਉਹ ਵੀ ਨਹੀਂ ਦੇ ਸਕੀ, ਭਾਵੇਂ ਕਿ ਉਹਨਾਂ ਦੀ ਬਾਣੀ 'ਚ ਏਡੀ ਤਾਕਤ ਸੀ। ਕਟਵਾ ਦੀਏ ਸ਼ਿਸ਼ ਸ਼ਾਮ ਨੇ ਗੀਤਾ ਕੋ ਸੁਣਾ ਕਰ, ਉਹਨਾਂ ਦੀ ਗੀਤਾ ਸੁਣ ਕੇ ਉਹਨਾਂ ਦੇ ਸਿੱਖ ਲੜ ਕੇ ਮਰੇ ਧਰਮ ਦੀ ਖਾਤਰ। ਪਰ ਜੋਗੀ ਜੀ ਲਿਖਦੇ ਨੇ ਰੂਹ ਫੂਕ ਦੀ ਗੋਬਿੰਦ ਨੇ ਔਲਾਦ ਕੋ ਘਟਾ ਕਰ, ਕਿੱਡਾ ਸੋਹਣਾ ਲਿਖਦੇ, ਸੱਚ ਹੈ ਗੁਰੂ ਗੋਬਿੰਦ ਕਾ ਰੁਤਬਾ ਹੀ ਦਿਗਰ ਥਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਰੁਤਬਾ ਹੈ ਇਹ ਸਾਰੇ ਸੰਸਾਰ ਤੋਂ ਵੱਖਰਾ ਹੈ, ਸਭ ਤੋਂ ਵੱਖਰਾ ਹੈ। ਭਾਈ ਨੰਦ ਲਾਲ ਨੂਰਪੁਰੀ ਦੀਆਂ ਉਹ ਲਾਈਨਾਂ ਜੇ ਕੋਈ ਵਜ਼ਦ ਵਿੱਚ ਆਣ ਕੇ ਉਹਨਾਂ ਦਾ ਗਾਇਨ ਕਰੇ, ਕਿੱਥੇ ਮਾਤਾ ਤੋਰਿਆ ਤੂੰ ਅਜੀਤ ਤੇ ਜੁਝਾਰ ਦੂੰ, ਵਿਹੜੇ ਦੀਆਂ ਰੌਣਕਾਂ ਤੇ ਮਹਿਲਾਂ ਦੀ ਬਹਾਰ ਦੂੰ,
ਕਿੰਨਾ ਵਿਰਹਾ ਭਰਿਆ ਹੈ ਜਦੋਂ ਪਿਤਾ ਦਸਵੇਸ਼ ਚਾਈ ਚਾਈ ਆਉਣਗੇ। ਇੱਕ ਇੱਕ ਲਾਈਨ ਜਿਹੜੀ ਉਹ ਵਿੰਨਦੀ ਜਾਵੇ, ਸੋਹਣੇ ਲਾਲਾ ਤਾਈ ਕਿੱਥੋਂ ਹਾਕਾਂ ਮਾਰ ਬੁਲਾਉਣਗੇ, ਕਿਵੇਂ ਠੰਡ ਪਵੇ ਸੱਚੀ ਸਰਕਾਰ ਨੂੰ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾ। ਪਰ ਇੱਥੇ ਇੱਕ ਗੱਲ ਯਾਦ ਕਰ ਲੈਣੀ ਚਾਹੀਦੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਬਰ ਫਿਰ ਕਿੱਦਾਂ ਕੀਤਾ, ਇਹ ਵੀ ਇੱਥੇ ਗੱਲ ਯਾਦ ਰੱਖਣ ਵਾਲੀ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਧੰਨ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਕੇ ਸਾਹਿਬਜ਼ਾਦੇ ਕਿੱਥੇ, ਤੇ ਦਸਵੇਂ ਪਾਤਸ਼ਾਹ ਕਿੰਨਾ ਵੱਲ ਹੱਥ ਕਰਕੇ ਕਿਹਾ ਸੀ, ਚਾਰ ਬੂਏ ਤੋਂ ਕਿਆ ਭਇਆ ਜੀਵਤ ਲੱਖ ਹਜ਼ਾਰ, ਤੇ ਕਿੱਡਾ ਮੁਬਾਰਕ ਵਚਨ ਕੀਤਾ ਸੀ ਹੱਥ ਕਰਕੇ ਕਿੰਨਾ ਵੱਲ। ਆ ਜਿੰਨੇ ਆਪਾਂ ਬੈਠੇ ਨਾ ਗੁਰਦੁਆਰੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਐਸਾ ਪਵਿੱਤਰ ਇਤਿਹਾਸ, ਐਸਾ ਪਵਿੱਤਰ ਸਾਕਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਜੋਗੀ ਅੱਲਾ ਯਾਰ ਖਾਂ ਨੇ ਉਸਤਤ ਕੀਤੀ ਹੈ। ਉਹ ਕਹਿੰਦਾ ਤੂੰ ਰੱਬ ਵੇਖਣਾ ਹੀ ਰੱਬ, ਇਹਨਾਂ ਨੇਤਰਾਂ ਨਾਲ ਤੇ ਤੈਨੂੰ ਨਿਰੰਕਾਰ ਦੇ ਦਰਸ਼ਨ ਹੋਣੇ ਨਹੀਂ, ਪਰ ਜੇ ਤੂੰ ਰੱਬ ਦੇਖਣਾ ਚਾਹੁੰਦਾ ਤੇ ਮੈਂ ਤੈਨੂੰ ਰੱਬ ਦਿਖਾਉਣਾ। ਕਿੱਡੇ ਪਿਆਰੇ ਬਚਨ ਨੇ, ਤਜੱਲਾ ਤੇਰੀ ਜਾਤ ਕਾ ਸੂ ਬਸੂ ਹੈ, ਜਿੱਧਰ ਦੇਖਦਾ ਹੂੰ ਉਧਰ ਤੂੰ ਹੀ ਤੂੰ ਹੈ, ਗਰ ਖੁਦਾ ਦੀਦਾਰੇ ਖੁਦਾ ਗਰ ਨਹੀਂ ਦੇਖਾ ਤੂੰਨੇ। ਜੇ ਤੂੰ ਰੱਬ ਨਹੀਂ ਵੇਖਿਆ ਮੈਂ ਤੈਨੂੰ ਰੱਬ ਵਿਖਾਉਣਾ, ਧਰਤੀ ਤੇ ਤੁਰਿਆ ਫਿਰ ਦੀਦਾਰੇ ਖੁਦਾ ਗਰ ਨਹੀਂ ਦੇਖਾ ਤੂੰਨੇ, ਗੁਰੂ ਗੋਬਿੰਦ ਸਿੰਘ ਕੋ ਦੇਖੋ ਵੋ ਹੀ ਹੂ ਬਹੂ ਹੈ। ਦਸਵੇਂ ਪਾਤਸ਼ਾਹ ਨੂੰ ਵੇਖ ਲਾ, ਤੈਨੂੰ ਰੱਬ ਦੇ ਦਰਸ਼ਨ ਹੋ ਜਾਣੇ। ਜੇ ਧਰਤੀ ਤੇ ਰੱਬ ਵੇਖਣਾ ਤੇ ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰ। ਐਸਾ ਪਵਿੱਤਰ ਇਤਿਹਾਸ ਸੱਜੇ ਪਾਤਸ਼ਾਹ ਦਾ ਹੈ, ਜਿਹਦੀ ਜਿੰਨੀ ਵਿਆਖਿਆ ਕਰੀ ਜਾਵੇ ਸ਼ਬਦਾਂ ਦਾ ਅੰਤ ਨਹੀਂ, ਮਹਿਮਾ ਦਾ ਅੰਤ ਨਹੀਂ। ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ। ਠੀਕ ਹੈ, ਰੱਬ ਵਾਸਤੇ ਸ਼ਬਦ ਨੇ ਭਗਤ ਜੀ ਨੇ ਤੇ ਰੱਬ ਵਾਸਤੇ ਵਰਤੇ ਨਾ, ਐਸੀ ਲਾਲ ਤੁਜ ਬਿਨ, ਪਰ ਸਾਡਾ ਰੱਬ ਕੌਣ ਹੈ? ਧੰਨ ਗੁਰੂ ਗੋਬਿੰਦ ਸਿੰਘ, ਉਹਨਾਂ ਬਾਰੇ ਆਪਾਂ ਇਹ ਤੁਕਾਂ ਪੜ੍ਹੀਏ, ਐਸੀ ਲਾਲ ਤੁਜ ਬਿਨ ਕੌਣ ਕਰੇ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਧਰੇ, ਹੋਈ ਭੁੱਲ ਚੁੱਕ ਦੀ ਖਿਮਾ।
ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮਾਂ ਜਿੰਨਾ ਅਨਾਊਂਸ ਕੀਤਾ ਸੀ ਉਹ ਤੋਂ 10 ਮਿੰਟ ਉੱਪਰ ਚਲੇ ਗਿਆ ਹੈ, ਇਸ ਕਰਕੇ ਸਾਰੇ ਪ੍ਰਬੰਧਕ ਸੱਜਣਾਂ ਤੋਂ ਦਾਸ ਖਿਮਾ ਦਾ ਜਾਚਕ ਹੋਵੇ। ਇੱਥੇ ਸੰਗਤ ਵਿੱਚ ਸੁਸ਼ੋਭਿਤ ਨੇ ਮਹਾਂਪੁਰਸ਼ 20ਵੀਂ ਸਦੀ ਦੇ ਮਹਾਨ ਜਰਨੈਲ ਦਮਦਮੀ ਟਕਸਾਲ ਦੇ 14ਵੇਂ ਮੁਖੀ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹਨਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ, ਉਹਨਾਂ ਦੇ ਪੋਤਰੇ ਭਾਈ ਸਾਹਿਬ ਭਾਈ ਗੁਰਕਵਰ ਸਿੰਘ ਜੀ, ਭਾਈ ਹਰੀ ਸਿੰਘ ਜੀ, ਭਾਈ ਭੁਪਿੰਦਰ ਸਿੰਘ ਜੀ, ਇਸੇ ਤਰ੍ਹਾਂ ਗੁਰਮੁਖ ਪਿਆਰੇ ਭਾਈ ਸਰਬਜੀਤ ਸਿੰਘ ਜੀ, ਅਮਰ ਸ਼ਹੀਦ ਭਾਈ ਕੁਲਵੰਤ ਸਿੰਘ ਜੀ ਦੇ ਸਪੁੱਤਰ, ਨਾਗੋਕਿਆਂ ਵਾਲਿਆਂ ਦੇ ਸਪੁੱਤਰ ਭਾਈ ਸੁਖਦੇਵ ਸਿੰਘ ਜੀ, ਭਾਈ ਜੋਧ ਸਿੰਘ ਜੀ, ਭਾਈ ਹੀਰਾ ਸਿੰਘ ਜੀ, ਜਿੰਨੇ ਵੀ ਗੁਰਮੁਖ ਪਿਆਰੇ ਸੰਗਤ ਵਿੱਚ ਸੁਸ਼ੋਭਿਤ ਨੇ, ਸਭਨਾਂ ਦਾ ਧੰਨਵਾਦ। ਫਤਿਹ ਬੁਲਾਈਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।